2022 ਦੇ ਲਈ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿੱਥੇ ਖੜਾ ਪਾ ਰਹੀ ਹੈ ਆਮ ਆਦਮੀ ਪਾਰਟਿਸ ਓਨਲੀ ਪਾਰਟੀ ਜਿਹੜੀ ਗੱਲ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਕੀ ਆਮ ਆਦਮੀ ਪਾਰਟੀ ਨਸ਼ੇ ਖਤਮ ਕਰਨ ਦੀ ਗਰੰਟੀ ਲੈਂਦੀ ਹੈ ਰੁਜ਼ਗਾਰ ਜਿੰਨੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਗਰੰਟੀ ਲੈ ਕੇ ਆਮ ਆਦਮੀ ਪਾਰਟੀ ਮਤਲਬ ਫਟੇ ਲਾਣਾ ਤਾਂ ਇਸ ਸਰਕਾਰ ਦੇ ਜਿਹੜੀ ਸਰਕਾਰ ਸਾਡੀਆਂ ਕੁੜੀਆਂ ਦੇ ਸਿਰ ਚ ਵੀ ਡੰਡੇ ਮਾਰਦੀ ਆਮ ਆਦਮੀ ਪਾਰਟੀ ਕੀ ਮਹਿਲਾਵਾਂ ਨੂੰ ਜੋ ਪਾਰਟੀ ਦੇ ਵਿੱਚ ਹੀ ਉਹਨਾਂ ਦਾ ਪੰਡਲ ਉਤਪਦਨ ਹੋ। ਉੱਤਰ ਜਿਹੜਾ ਕੀ ਹੋਇਆ ਕਿ ਵਿਰੋਧੀ ਦੇ ਦੇਨ ਲੀਡਰ ਦੇ ਵਜੋਂ ਨਾ ਸੂਬਾ ਪ੍ਰਧਾਨ ਦੇ ਵਜੋਂ ਤੁਹਾਡਾ ਨਾਮ ਐਨ ਮੌਕੇ ਤੇ ਲਿਸਟ 'ਚ ਹਟਾ ਆਦਿਆ। ਲੱਗਦਾ ਕਿ ਸਿੱਤੂ ਦੇ ਵਾਪਸ ਕਾਂਗਰਸ ਦੇ ਵਿੱਚ ਇੱਕ ਹਾਈਪ ਮਿਲਣ ਦੇ ਨਾਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਾ ਉਹ ਨਾਲ ਆਪ ਨੂੰ ਕਾਫੀ ਘਟਾ ਤਾ। ਫਿਰ ਕੀ ਫਰਕ ਪੈਂਦਾ ਹੈ? ਆਮ ਆਦਮੀ ਪਾਰਟੀ ਜਦੋਂ ਦੂਸਰੀਆਂ ਪਾਰਟੀਆਂ ਚੋਲੋ ਬੰਦੇ ਹੁੰਦੇ ਨੇ ਉਹ ਤੋਂ ਬੜਾ ਬੁਰਾ ਬੋਲਦੀ ਐ ਫਿਰ ਇਹ ਜਿਹਾ ਕੀ ਹੋ ਜਾਂਦਾ ਕਿ ਜਦੋਂ ਪਾਰਟੀ ਦੇ ਵਿਚਾਰ ਹੀ ਮੈਨੂੰ ਚੰਗੇ ਹੋ ਜਾਂਦੇ ਨੇ ਅਕਾਲੀ ਦਲ ਦੇ ਬੋਲ ਰੋ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਬੋਲੋਂ ਇਸ ਵਕਤ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਹਾਲੇ ਕੁਝ ਕਲੀਅਰ ਨਹੀਂ ਐ ਕਿ ਫੇਸ ਕੌਣ ਹੋਏਗਾ ਆਮ ਆਦਮੀ ਪਾਰਟੀ ਜਸਵੀ ਕਿਸਨ ਨੂੰ ਲੈ ਕੇ ਆਉਗੀ ਉਹ ਹਜ਼ਾਰਾਂ ਹਜ਼ਾਰਾਂ ਗੁਣਾ ਇਹਨਾਂ ਤੋਂ ਮੱਚ ਮੱਚ ਬੈਟਰ ਹੋਗਾ ਜਿਹੜਾ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੀ ਗੱਲ ਕਰੂ ਤੇ ਪੰਜਾਬ ਦੇ ਲਈ ਸੱਚੇ ਦਿਲ ਦੇ ਨਾਲ ਮਰ ਮਟਣ ਦੇ ਲਈ ਤਿਆਰ ਐ ਸਾਡੇ ਐਮਐਲਏ ਸਾਥੀਆਂ ਨੇ ਪੰਜਾਬ ਦੇ ਅਜੰਡੇਆਂ ਦੀ ਮੁੱਦਿਆਂ ਦੀ ਗੱਲ ਇਹਨਾਂ 4.5 ਸਾਲਾਂ ਦੇ ਵਿੱਚ ਵਿਧਾਨ ਸਭਾ 'ਚ ਰਿਕਾਰਡ ਬਣਾ ਦਿੱਤਾ। ਵਿਰੋਧੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਸੈਸ਼ਨ 'ਚ ਵਾਕਆਊਟ ਕਰ ਜਾਂਦੀ ਹੈ ਕੋਈ ਵੀ ਮੁੱਦਾ ਹੋਵੇ। ਉਹ ਸਾਰੇ ਲੋਕ ਬੀਤੇ ਦਿਨ ਛੱਡ ਕੇ ਵੀ ਕੀ ਆਮ ਆਦਮੀ ਪਾਰਟੀ ਮੈਂ ਇਸ ਗੱਲ ਨੂੰ ਵੀ ਪੋਜ਼ਿਟਿਵ ਮੰਨਦੀ ਹਾਂ। ਲੋਕ ਤੇ ਵੀ ਕਹਿ ਰਹੇ ਨੇ ਕਿ ਪਾਰਟੀ ਸਾਹਮਣੇ ਨਹੀਂ ਪਉਂਦੀ। ਨੋਬਾਡੀ ਫਾਦਰਸ। ਮਤਲਬ ਆਮ ਆਦਮੀ ਪਾਰਟੀ ਕਿਸੇ ਲਈ ਆਪਣਾ ਸਟੈਂਡ ਐ ਜਿਹੜਾ ਚੇਂਜ ਕਰ ਸਕਦੀ ਹੈ। ਪਹਿਲਾਂ ਕਿਹਾ ਗਿਆ ਕਿ ਨਹੀਂ ਬਾਅਦ ਵਿੱਚ ਸਟੈਂਡ ਚੇਂਜ ਹੋ ਗਿਆ। ਕੈਪਟਨ ਅਮਰਿੰਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਜਿਹੜੇ ਸਾਰੇ ਸਮਝੌਤੇ ਪ੍ਰਾਈਵੇਟ ਥਰਮਲਾਂ ਦੇ ਨਾਲ ਕੀਤਾ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਪੁਆਇੰਟ ਹੀ ਨਹੀਂ ਸੀ ਉੱਤੇ ਡਿਸਕਸ਼ਨ ਤੇ ਨਹੀਂ ਆਉਂਦੀ ਸਰਕਾਰ ਭੱਜਦੀ ਆ ਆਮ ਆਦਮੀ ਪਾਰਟੀ ਕੋਲੇ ਕੀ ਫਾਰਮੂਲਾ ਹੈ ਕਿ ਰਾਤ ਕਰਦਣ ਕਿ ਕੈਪਟਨ ਕਿ 4.5 ਸਾਲ ਚ ਕਰ ਨਹੀਂ ਸਕਦਾ ਪੰਜਾਬ ਦੇ ਲੋਕਾਂ ਨੂੰ ਕੀ ਆਮ ਆਦਮੀ ਪਾਰਟੀ ਵੀ ਮੁਫਤ ਘੋਰਾ ਬਣਾ ਰਹੀ ਹੈ ਬਜਾਏ ਇਸ ਦੇ ਕਿ ਉਹਨਾਂ ਨੂੰ 3 ਰੁਪਏ ਪਰ ਯੂਨਿਟ ਜਿਵੇਂ ਹਰਿਆਣਾ ਦਿੰਦਾ ਉਹ ਮੇ ਦਿੱਤਾ ਜਾਏ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਜਸਮੀਤ विधानसभा चुनाव 2022 ज्यों ज्यों ਨੇੜੇ ਆ ਰਹੀਆਂ ਨੇ ਤਿਉ ਤਿਉ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਪਾਰਟੀਆਂ ਨੇ ਹੁਣੇ ਤੋਂ ਤੇਜ਼ੀ ਫੜ ਲਈ ਹੈ ਕਿ ਕੁਝ ਇਹਨਾਂ ਚੋਣਾਂ ਦੇ ਵਿੱਚ ਮੁੱਦੇ ਰਹਿਣਗੇ ਕਿ ਕੁਝ ਏਜੰਡੇ ਰਹਿਣਗੇ ਇਸ ਸਬੰਧ ਬਾਰੇ ਗੱਲਬਾਤ ਕਰਨ ਲਈ ਅਸੀਂ ਆਮ ਆਤਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੋਰ ਦੇ ਕੋਲ ਪੁੱਜੇ ਹਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਐ ਜਿਹੜੀ ਕੀ ਰਹੇਗੀ ਬਹੁਤ ਬਹੁਤ ਸਵਾਗਤ ਬਲਜਿੰਦਰ ਜੀ ਦਾ ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਮੇਰਾ ਸਭ ਤੋਂ ਪਹਿਲਾ ਸਵਾਲ ਏ कि 2022 ਦੇ ਲਈ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿੱਥੇ ਖੜਾ ਪਾ ਰਹੀ ਹੈ ਦੇਖੋ ਬੜਾ ਕਲੀਅਰ ਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਇੱਕ ਬਦਲਾਵ ਦੀ ਨਜ਼ਰ ਦੇ ਵਿੱਚ ਆ ਬਦਲਾਵ ਦੀ ਤਲਾਸ਼ ਦੇ ਵਿੱਚ ਤੇ ਹਰ ਉਹ ਵਰਗ ਜਿਹੜਾ ਇਸ ਆਸ ਇਸ ਉਮੀਦ ਦੇ ਨਾਲ ਕਿ ਆਮ ਆਦਮੀ ਪਾਰਟੀ ਇੱਕ ਬਦਲਾਵ ਤੌਰ ਤੇ ਇੱਕ ਆਲਟਰਨੇਟ ਸਾਡੇ ਸਾਹਮਣੇ ਨਿਕਲ ਕੇ ਆਉਗੀ ਤੇ ਜੇ ਇਹਨਾਂ ਸਾਰੇ ਹਾਲਾਤਾਂ ਨੂੰ ਦੇਖੀਏ ਕਿ ਜਿੱਥੇ ਕਾਂਗਰਸ ਸਰਕਾਰ ਦਾ ਟਿਨੌਰ ਦੇਖੀਏ 4.5 ਸਾਲਾਂ ਦਾ ਤਾਂ ਸਰਕਾਰ ਨੇ ਬਹੁਤ ਸਾਰੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸੀਗੇ ਹਰ ਇੱਕ ਵਰਗ ਦੇ ਨਾਲ ਵਾਅਦਾ ਕੀਤਾ ਸੀ ਯੂਥ ਤੋਂ ਲੈ ਕੇ ਸਾਡੇ ਕਿਸਾਨਾਂ ਤੋਂ ਲੈ ਕੇ ਸਾਡੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਔਰਤਾਂ ਨੇ ਉਹਨਾਂ ਤੋਂ ਲੈ ਕੇ ਕਹਿੰਦਾ ਮਤਲਬ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਭ ਤੋਂ ਵੱਡੀ ਤਰਸ ਦੀ ਕਿ ਜਦੋਂ ਕੈਪਟਨ ਅਬਰਿੰਦਰ ਦੀ ਸਰਕਾਰ ਬਣਾਉਣੀ ਸੀਗੀ ਤਾਂ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਭ ਆਪਣੇ ਹੱਥ ਦੇ ਵਿੱਚ ਫੜ ਕੇ ਸੌਂ ਖਾਦੇ ਸੀ ਕਿ ਚਾਰਾਂ ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰ ਦੇਾਂਗੇ। ਔਰ ਨਸ਼ਾ ਖਤਮ ਕਰਨਾ ਦੈਟ ਸਾ ਡਿਫਰੈਂਟ ਇਸ਼ੂ ਇੱਕ ਹੋਰ ਬਹੁਤ ਵੱਡਾ ਕਿ ਅਸੀਂ ਜਿਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਆ ਉਹਨਾਂ ਨੂੰ ਅਸੀਂ ਜਲਦੀ ਉਹਨਾਂ ਦੇ ਨਾਲ ਮਤਲਬ ਜਿਹੜੇ ਹਿਰਦੇ ਵਲੁੰਦੇ ਰਹਿ ਗਏ ਜਿਨ੍ਹਾਂ ਨੂੰ ਠੇਸ ਪਹੁੰਚੀ ਸੀ ਉਹਨਾਂ ਦੇ ਨਾਲ ਇਨਸਾਫ ਕਰਾਂਗੇ ਜਲਦ ਤੋਂ ਜਲ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਕਹਿੰਦਾ ਮਤਲਬ ਜਿੰਨੇ ਵਾਅਦੇ ਕੀਤੇ ਸੀ ਕੈਪਟਨ ਨਮਰਿੰਦਰ ਦੀ ਸਰਕਾਰ ਨੇ ਉਹ ਸਿਰਫ ਮਤਲਬ ਇੱਕ ਸਰਕਾਰ ਬਣਾਉਣ ਦੇ ਲਈ ਇੱਕ ਮੈਂ ਕਹਿੰਨੀ ਆ ਜਿੱਥੇ ਅਸੀਂ ਅਕਸਰ ਇਹ ਗੱਲ ਕਰਦੇ ਹੈਗੇ ਆ ਕਿ ਮੋਦੀ ਸਰਕਾਰ ਹੈ ਜਿਹੜੀ ਇੱਕ ਝੁੰਮਲਿਆਂ ਦੀ ਸਰਕਾਰ ਪੇਸ਼ ਹੋਈ ਹੈ ਤੇ ਕੈਪਟਨ ਨਮਰਿੰਦਰ ਦੀ ਸਰਕਾਰ ਸੇਮ ਜਿਹੜੀ ਆ ਝੁੰਮਲਿਆਂ ਦੀ ਸਰਕਾਰ ਇਸ ਪੰਜਾਬ ਦੇ ਵਿੱਚ ਸਾਬਤ ਹੋਈ ਹੈ ਔਫਕर्स ਪੰਜਾਬ ਦੇ ਲੋਕਾਂ ਨੂੰ ਕੰਮ ਚਾਹੀਦੇ ਆ ਪੰਜਾਬ ਦੇ ਲੋਕਾਂ ਨੂੰ ਉਹ ਸਰਕਾਰ ਚਾਹੀਦੀ ਹੈ ਜਿਹੜੀ ਇਮਾਨਦਾਰ ਹੋਵੇ ਟਰਾਂਸਪੇਰੈਂਟ ਹੋਵੇ ਤੇ ਜਿੱਥੇ ਹਰ ਕੰਮ ਨੂੰ ਜਿਹੜਾ ਪ੍ਰਾਇੋਰਟੀ ਬੇਸਿਸ ਤੇ ਕੀਤਾ ਜਾਂਦਾ ਹੋਵੇ ਤਾਂ ਦੈਟ ਇਜ਼ ਓਨਲੀ ਆਮ ਆਦਮੀ ਪਾਰਟੀ ਵੈਸੇ ਤਾਂ ਬਹੁਤ ਸਾਰੇ ਮੁੱਦੇ ਹੁੰਦੇ ਨੇ ਜੋ ਪਾਰਟੀਆਂ ਵੱਖ-ਵੱਖ ਪਾਰਟੀਆਂ ਲੋਕਾਂ ਦੇ ਵਿੱਚ ਲੈ ਕੇ ਜਾਂਦੀਆਂ ਨੇ ਚੋਣ ਵਾਅਦੇ ਕਰਦੀਆਂ ਨੇ ਆਮ ਆਦਮੀ ਪਾਰਟੀ ਦੇ ਕੋਲ ਅਜਿਹੇ ਸਿਰਫ ਤਿੰਨ ਮੁੱਦੇ ਕਿਹੜੇ ਹੋਣਗੇ ਪ੍ਰਾਇੋਰਟੀ ਬੇਸਿਸ ਜੋ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਤਾਂ ਕਿ ਲੋਕ ਮੋੜ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਬਲਜਿੰਦਰ ਕੋਰ ਖੜੇ ਹੁੰਦੇ ਨੇ ਤੇ ਉਹ ਕਿਹੜੇ ਮੁੱਦੇ ਹੋਣਗੇ ਉਹ ਲੋਕਾਂ ਦੇ ਵਿੱਚ ਵਿਚਰਨਗੇ ਲੈ ਕੇ ਉਹਨਾਂ ਨੂੰ ਸ੍ਰੀ ਜਸਮੀਤ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਕਿ ਜੜੀਆਂ ਦੂਜੀਆਂ ਪਾਰਟੀਆਂ ਰਹੀਆਂ ਚਾਹੇ ਉਹ ਕਾਂਗਰਸ ਦਾ ਟਾਈਮ ਪੀਰੀਅਡ ਹੈ ਚਾਹੇ ਕਾਲੀ ਦਲਦਾਰਿਆ ਉਹਨਾਂ ਨੇ ਐਗਜ਼ੈਕਟਲੀ ਤੁਹਾਡਾ ਵਰਡ ਜਿਹੜਾ ਆ ਨਿਕਲ ਕੇ ਕਿ ਉਹਨਾਂ ਨੇ ਵਾਦੇ ਹੀ ਕੀਤੇ ਆ ਵਾਦਿਆਂ ਨੂੰ ਪੂਰੇ ਕਿਵੇਂ ਕਰਨਾ ਆ ਤੇ ਕਿਵੇਂ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਤੇ ਖਰੇ ਉਤਰਨਾਗਾ ਇਹੋ ਜੀ ਤਜਵੀਜ਼ ਤਾਂ ਮੈਨੂੰ ਲੱਗਦਾ ਨਹੀਂ ਕਦੇ ਕਿਸੇ ਸਰਕਾਰ ਨੇ ਲੈ ਕੇ ਆਉਂਦੀ ਹੈ ਸੁਹਾਮਾਦਮੀ ਪਾਰਟੀ ਅਸੀਂ ਇਸ ਗੱਲ ਦਾ ਮਾਨ ਮਹਿਸੂਸ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਸਰਕਾਰ ਬਣੀ ਤੀਜੀ ਵਾਰੀ ਦਿੱਲੀ ਚ ਸਰਕਾਰ ਆਪਣੇ ਆਪ ਦੇ ਵਿੱਚ ਰਿਪੀਟ ਹੁੰਦੀ ਹੈ ਔਰ ਅਰਵਿੰਦ ਕੇਜਰੀਵਾਲ ਸਿਰਫ ਇੱਕ ਗੱਲ ਕਹਿੰਦੇ ਨੇ ਕਿ ਜੇ ਤੁਹਾਨੂੰ ਲੱਗਦਾ ਕਿ 5 ਸਾਲਾਂ ਚ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ ਤੇ ਜੇ ਨਹੀਂ ਕੰਮ ਕੀਤਾ ਤਾਂ ਵੋਟ ਨਾ ਪਾਓ ਇੰਨੀ ਵੱਡੀ ਗੱਲ ਲੋਕਾਂ ਦੀ ਕਚਹਿਰੀ ਚ ਖੜ ਕੇ ਕਹਿਣੀ ਆਪਣੇ ਆਪ ਕੋਈ ਦਲੇਰ ਇਨਸਾਨ ਹੀ ਕਹਿ ਸਕਦਾ ਤੇ ਜਿਹਨੂੰ ਪਤਾ ਹੋਵੇ ਕਿ ਉਹਦੇ ਪੱਲੇ ਸੱਚ ਹੈ ਤੇ ਜੇ ਆਮ ਆਦਮੀ ਪਾਰਟੀ ਦੀ ਅਸੀਂ ਕਾਰਜਕਾਲ ਦੀ ਗੱਲ ਕਰਨ ਲੱਗ ਜਾਈਏ ਨਾ ਸਰਕਾਰ ਦੀ ਤਾਂ ਸਕੂਲਾਂ ਤੋਂ ਲੈ ਕੇ ਹਸਪਤਾਲਾਂ ਤੋਂ ਲੈ ਕੇ ਅੱਜ ਉਥੇ ਇੰਨੇ ਕੁ ਵਧੀਆ ਹਾਲਾਤ ਬਣਾ ਦਿੱਤੇ ਕਿ ਬਿਜਲੀ ਦੇ ਬਿੱਲਾਂ ਦੀ ਵੀ ਜੇ ਅਸੀਂ ਗੱਲ ਕਰੀਏ ਤਾਂ 32 ਲੱਖ ਘਰ ਨੇ ਦਿੱਲੀ ਦੇ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਤੇ ਖੈਰ ਜੇ ਪੰਜਾਬ ਦੇ ਤੁਸੀਂ ਤਿੰਨ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਕਿਹੜੇ ਤਿੰਨ ਮੁੱਦੇ ਅਹਿਮ ਰਹਿਣਗੇ ਮੈਨੂੰ ਇਹ ਦੋਸਤੋ ਸਰਕਾਰ ਨੇ ਇੱਥੇ ਦਿੱਤਾ ਕਿ ਆ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਤਿੰਨ ਮੁੱਦਿਆਂ ਦੀ ਹੀ ਗੱਲ ਕਰੀ ਰੋਜ਼ਗਾਰ ਦੀ ਨੌਕਰੀਆਂ ਦੇਣ ਦੀ ਗੱਲ ਆਈ ਤਾਂ ਸਰਕਾਰ ਨੇ ਆਪਣੇ ਚਾਹੇਤੇ ਐਮਐਲਏ ਐਮਪੀਆਂ ਦੇ ਮੁੰਡੇ ਕੁੜੀਆਂ ਨੂੰ ਚੁਣ ਲਿਆ। ਬਈ ਸਾਰਾ ਯੂਥ ਪੰਜਾਬ ਦਾ ਤਰਾ-ਤਰਾ ਕਰੀ ਜਾਂਦਾ ਹੈ। ਸਾਰੇ ਸਾਡੇ ਏਮਪਲੋਇਰ ਮੋਤੀ ਮਹਿਲ ਦਾ ਘਰਾਉ ਕਰਕੇ ਬੈਠੇ ਉਹਨਾਂ ਦੇ ਸਿਰ 'ਚ ਡੰਡੇ ਮਾਰੀ ਜਾਂਦੇ ਹੋ ਤੁਸੀਂ। ਠੀਕ ਹੈ। ਸਰਕਾਰ ਤਾਂ ਭੁੱਲ ਗਈ ਹੈ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ। ਸੋ ਰੋਜ਼ਗਾਰ ਤੋਂ ਲੈ ਕੇ ਲੋਕ ਬਹੁਤ ਸੁਟਾਏ ਹੋਏ ਆ ਜੇ ਅੱਜ ਅਸੀਂ ਦੇਖੀਏ ਕਿ ਸਾਡੇ ਦੇਸ਼ ਦਾ ਅੰਦਾਤਾ ਸਾਡੇ ਪੰਜਾਬ ਦਾ ਅੰਦਾਤਾ ਜਿਹੜਾ ਆ ਉਹ ਬਾਰਡਰਾਂ ਤੇ ਬੈਠਾ ਆ ਉਹਨਾਂ ਨੂੰ ਅੱਜ 7 ਮਹੀਨੇ ਹੋ ਗਏ ਦੀਵਾਲੀਆਂ ਵਰਗੇ ਤਿਹਾਰ ਉਹਨਾਂ ਦੇ ਪੋਹ मागਦੀਆਂ ਰਾਤਾਂ ਉਹਨਾਂ ਦੀ ਕਹਿਣ ਦਾ ਮਤਲਬ ਜੇਠ ਹੜ ਦੀਆਂ ਧੁੱਪਾਂ ਉਹ ਉੱਥੇ ਹੀ ਬੈਠੇ ਆ ਬਾਰਡਰਾਂ ਤੇ ਉਹ ਕੀ ਦੀ ਬਦੌਲਤ ਨਹੀਂ ਮੈਨੂੰ ਇਹ ਦੱਸੋ ਅੱਜ ਜੇ ਉਹਨਾਂ ਨੂੰ ਬਾਰਡਰਾਂ ਤੇ ਬੈਠ ਕੇ ਆਪਣੇ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਪਾਸ ਕਰ ਦਿੱਤੇ ਨਾ ਤਾਂ ਮੋਦੀ ਸਰਕਾਰ ਦੀ ਜ਼ਰੂਰਤ ਨਹੀਂ ਸੀ ਜੇ ਸਾਡੀ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਜਿਹੜੇ ਇੱਥੇ ਸੰਵਾ ਲਗਾ ਕੇ ਗਏ ਨੇ ਜੇ ਉਹਨਾਂ ਦੇ ਏਜੰਟ ਪਣਾ ਨਾ ਕਰਦੇ ਹੁੰਦੇ ਜੇ ਠੋਕ ਕੇ ਪੰਜਾਬ ਦੇ ਨਾਲ ਖੜੇ ਹੁੰਦੇ ਜੇ ਅੱਜ ਤੱਕ ਪੰਜਾਬ ਦੀ ਗੱਲ ਕੀਤੀ ਹੁੰਦੀ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਸੋ ਆ ਹਾਲਾਤ ਜਿਹੜੇ ਪੰਜਾਬ ਨੂੰ ਦੇਖਣੇ ਪੈ ਰਹੇ ਨੇ ਬੱਚੇ-ਬੱਚੇ ਛੋਟੇ ਬੱਚੇ ਤੋਂ ਲੈ ਕੇ ਮਾਮਾ ਤੋਂ ਲੈ ਕੇ ਬਾਰਡਰਾਂ 'ਤੇ ਬੈਠੇ ਆ ਨਾ ਜਿਹੜੇ ਹਰ ਘਰ ਦੇ ਵਿੱਚ ਜਿਹੜੇ ਓਵਰਡੋਜ਼ ਦੇ ਨਾਲ ਅਜ ਮੌਤਾਂ ਹੋ ਰਹੀਆਂ ਨੇ ਸਰਕਾਰ ਕਹਿੰਦੀ ਅਸੀਂ ਚੱਟਾ ਬੰਦ ਕਰਤਾ ਦੱਸੋ ਕਿੱਥੇ ਚਿਟਾ ਬੰਦ ਕਰਤਾ ਬਈ ਉਹ ਮਾਮਾ ਨੂੰ ਪੁੱਛ ਕੇ ਦੇਖੋ ਜਿਹੜੀਆਂ ਰੋਂਦੀਆਂ ਨੇ ਉਹ ਜਿਨ੍ਹਾਂ ਦੇ ਘਰ ਉਜੜ ਗਏ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਪਿੰਡਾਂ ਚ ਅਸੀਂ ਜਾਣਦੇ ਆ ਮੈਂ ਜਾਣੀ ਆ ਇੱਕ ਇੱਕ ਮੁੰਡਾ ਨੌਜਵਾਨ ਜਿੱਥੇ ਪਤਾ ਲੱਗਦਾ ਮਾਂ ਬਾਪ ਇਹ ਹੀ ਕਹਿੰਦੇ ਆ ਜੀ ਸਰਕਾਰ ਕਹਿੰਦੀ ਨਸ਼ਾ ਬੰਦ ਕਰਾਂ ਕਿੱਥੇ ਕੀਤਾ ਸਾਡੇ ਮੁੰਡੇ ਨੂੰ ਓਵਰਡੋਸ ਨਾਲ ਮੌਤ ਹੋ ਗਈ ਸੋ ਅਜੰਡੇ ਹੀ ਅਜੰਡੇ ਨੇ ਸਰਕਾਰ ਨੇ ਇੱਕ ਵੀ ਵਾਦਾ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਪੂਰਾ ਕੀਤਾ ਨਸ਼ਿਆਂ ਦਾ ਮੁੱਦਾ ਹੋ ਗਿਆ ਬੇਰੁਜ਼ਗਾਰੀ ਦਾ ਹੋ ਗਿਆ ਕਿਸਾਨੀ ਦਾ ਮੁੱਦਾ ਹੋ ਗਿਆ ਮੁੱਖ ਇਹ ਜਿਹੜੇ ਤਿੰਨ ਮੁੱਦੇ ਨੇ ਆਮ ਆਦਮੀ ਪਾਰਟੀ ਲੈ ਕੇ ਲੋਕਾਂ ਦੇ ਵਿੱਚ ਵਿਚਰੇਗੀ ਕਿ ਆਮ ਆਦਮੀ ਪਾਰਟੀ ਨਸ਼ੇ ਖਤਮ ਕਰਨ ਦੀ ਗਰੰਟੀ ਲੈਂਦੀ ਹੈ ਰੋਜ਼ਗਾਰ ਜਿੰਨੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਗਰੰਟੀ ਲਏਗੀ ਆਮ ਆਦਮੀ ਪਾਰਟੀ ਮੈਂ ਇੱਕ ਗੱਲ ਨੂੰ ਮੰਨ ਕੇ ਚੱਲਦੀ ਹਾਂ ਕਿ ਸਰਕਾਰ ਜਦੋਂ ਮੈਨੀਫੈਸਟੋ ਦੇ ਵਿੱਚ ਸਰਕਾਰ ਬਣਾਉਣੀ ਹੁੰਦੀ ਹੈ ਤਾਂ ਪਾਰਟੀਆਂ ਬੜਾ ਕੁਝ ਲਿਖਦੀਆਂ ਨੇ ਪਰ ਅੱਜ ਤੱਕ ਕਦੇ ਕਿਸੇ ਦੀ ਨਹੀਂ ਹਿੰਮਤ ਨਹੀਂ ਪਈ ਕਿ ਜੋ ਮੈਨੀਫੈਸਟੋ ਜ ਮੈਂਸ਼ਨ ਕਰ ਦਿੱਤਾ ਉਹਨੂੰ ਪੂਰਾ ਕਰਦੀਏ ਤੇ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਆਮ ਆਦਮੀ ਪਾਰਟੀਆਂਸ ਓਨਲੀ ਪਾਰਟੀ ਜਿਹੜੀ ਗੱਲ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਜੇ ਸਕੂਲਾਂ ਦੀ ਗੱਲ ਕੀਤੀ ਤਾਂ ਅੱਜ ਸਕੂਲ ਬੋਲਦੇ ਨੇ ਉਥੇ ਪੰਜਾਬ ਸਰਕਾਰ ਦੀ ਤਰ੍ਹਾਂ ਕੱਲੇ ਅੰਕੜੇ ਨਹੀਂ ਦੁੱਤੇ ਕਿ ਅੰਕੜੇ ਪੇਸ਼ ਕਰ ਦਿੱਤੇ ਐਕਚੁਅਲ ਚ ਕੁਝ ਵੀ ਐਗਜ਼ਿਸਟ ਨਹੀਂ ਕਰਦਾ ਜੇ ਉਥੇ ਹਸਪਤਾਲਾਂ ਦੀ ਗੱਲ ਕੀਤੀ ਆ ਤਾਂ ਅੱਜ ਹਸਪਤਾਲ ਉਥੇ ਦੇਖਣ ਨੂੰ ਬਣਦੇ ਆ ਉੱਥੇ ਅੱਜ ਮਤਲਬ ਮੁਹੱਲਾ ਕਲੀਨਿਕ ਬਣਾ ਕੇ ਲੋਕਾਂ ਨੂੰ ਇੱਕ ਰਾਹਤ ਦਿੱਤੀ ਹੋਈ ਆ ਪੰਜਾਬ ਸਰਕਾਰ ਦੀ ਤਰ੍ਹਾਂ ਨਹੀਂ ਹੈਗੀ ਕਿ ਅੱਜ ਇੱਥੇ ਜੇ ਵੈਕਸੀਨ ਦੀ ਕੋਈ ਡੋਜ਼ ਸੌਰੀ ਵੈਕਸੀਨ ਆਈ ਐਸ ਕਰੋਨਾ ਕੋਵਿਡ ਦੇ ਟਾਈਮ ਦੇ ਵਿੱਚ ਤੇ ਉਹਨੂੰ ਵੀ 400 ਦੀ ਜਿਹੜੀ ਆਈ ਹੈ ਉਹਨੂੰ ਤੁਸੀਂ 1060 ਰੁਪਏ ਦੇ ਵਿੱਚ ਵੇਚ ਰਹੇ ਹੋ ਮਤਲਬ ਨੀਰੀ ਪੂਰੀ ਝੂਠ ਨਿਰਾਪੁਰੇ ਜੁਮਲੇ ਨਿਰਾਪੁਰਾ ਮਤਲਬ ਇੱਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਰਨ ਵਾਲੀ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰਾਂ ਹਮੇਸ਼ਾ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੀ ਗੱਲ ਕਿਉਂ ਕਰਦੀ ਹੈ ਕਿਉਂਕਿ ਪੰਜਾਬ ਦਾ ਧਰਾਤਲ ਆਪਾਂ ਦੇਖੀ ਵੱਖਰਾ ਹੈ ਪੰਜਾਬ ਦੇ ਲੋਕ ਵੱਖਰੀ ਤਰ੍ਹਾਂ ਦੇ ਵਿਚਾਰਧਾਰਾ ਰੱਖਦੇ ਨੇ ਸੋਚ ਰੱਖਦੇ ਨੇ ਕਿ ਆਮ ਆਦਮੀ ਪਾਰਟੀ ਹਰ ਇੱਕ ਛੋਟੇ ਫੈਸਲੇ ਲਈ ਦਿੱਲੀ ਵਾਲ ਦੇਖੇਗੀ ਜਿਸ ਤਰ੍ਹਾਂ ਭਾਜਪਾ ਦੇਖਦੀ ਹੈ ਜਾਂ ਕਾਂਗਰਸ ਵੇਖਦੀ ਹੈ ਬਿਲਕੁਲ ਤੁਹਾਡਾ ਪੁਆਇੰਟ ਜਿਹੜਾ ਬੜਾ ਵੈਲਿਡ ਆ ਇਟਸ ਵੈਰੀ ਰਾਈਟ ਕਿ ਤੁਸੀਂ ਇਹ ਸਵਾਲ ਮੈਨੂੰ ਪੁੱਟ ਅਪ ਕੀਤਾ ਆਫਕੋਰਸ ਪੰਜਾਬ ਬਿਲਕੁਲ ਡਿਫਰੈਂਟ ਹੈ ਜੇ ਅਸੀਂ ਉਹਨੂੰ ਦਿੱਲੀ ਨਾਲ ਮੁਲਾਂਕਣ ਕਰੀਏ ਪਰ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਉਹੀ ਸਕੂਲ ਚਾਹੀਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਇੱਥੇ ਹਸਪਤਾਲ ਚਾਹੀਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਇੱਥੇ ਰੋਟੀ ਚਾਹੀਦੀ ਦੋ ਵੇਲੇ ਦੀ ਜਿਹੜੀ ਸੁੱਖ ਆਰਾਮ ਦੇ ਨਾਲ ਖਾ ਸਕਣ ਪੰਜਾਬ ਦੀਆਂ ਮਾਵਾਂ ਵੀ ਚਾਹੁੰਦੀਆਂ ਨੇ ਸਾਡੇ ਘਰਾਂ 'ਚੋਂ ਨਸ਼ਾ ਨਿਕਲੇ ਅਸੀਂ ਆਪਣੇ ਮੁੰਡਿਆਂ ਨੂੰ ਆਪਣੇ ਅੱਖਾਂ ਸਾਹਮਣੇ ਜਿਹੜੇ ਦਮ ਤੋੜਦੇ ਨਹੀਂ ਦੇ ਸਕਦੇ ਪੰਜਾਬ ਦਾ ਕਿਸਾਨ ਵੀ ਚਾਹੁੰਦਾ ਹੈ ਜਿਹੜਾ ਸਰਕਾਰ ਬਾਰ-ਬਾਰ ਵਾਅਦੇ ਕਰਦੀ ਆ ਕਿ ਤੁਹਾਡੇ ਸਰੂ ਅਸੀਂ ਕਰਜ਼ਾ ਲਾ ਦੇਗੇ ਤੁਹਾਨੂੰ ਕਰਜ਼ੇ ਤੋਂ ਮੁਕਤ ਕਰ ਦੇਵਾਂਗੇ ਪੰਜਾਬ ਦਾ ਉਹ ਬੱਚਾ ਬੱਚਾ ਜਿਹੜਾ ਦੁਨੀਆ ਦੂਰ ਦਰਾਡੇ ਬੈਠਾ ਜਿਹੜਾ ਅੱਜ ਉਸ ਗੱਲ ਇਨਸਾਫ ਮੰਗ ਰਿਹਾ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਆ ਕਿਉਂ ਇਨਸਾਫ ਦੇਵੇ ਸਾਨੂੰ ਸਰਕਾਰ ਸੋ ਦਿੱਲੀ ਮਾਡਲ ਇਸ ਨਾਟ ਲਾਈਕ ਥੈਟ ਕਿ ਦਿੱਲੀ ਦਿੱਲੀ ਮਾਡਲ ਦਾ ਮੇਰਾ ਮਤਲਬ ਸਿਰਫ ਇੰਨਾ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਦਿੱਲੀ ਚ ਬਣੀ ਆ ਤਾਂ ਦਿੱਲੀ ਚ ਕੰਮ ਕਰਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤੇਗੇ ਆ ਉਹ ਕੰਮਾਂ ਨੂੰ ਅਸੀਂ ਜਿਵੇਂ ਦਿੱਲੀ ਚ ਕੰਮ ਕੀਤੇ ਨੇ ਕਹਿਣ ਦਾ ਮਤਲਬ ਉਹ ਕੰਮਾਂ ਦੀ ਸੇਮ ਤਜਵੀਜ਼ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੋਊਗੀ ਤੋ ਮੇਰਾ ਸਿਰਫ ਇਹਦੇ ਤੋਂ ਇਨਾ ਮਤਲਬ ਹੈ ਇਸ ਕਰਕੇ ਦਿੱਲੀ ਦੇ ਐਗਜ਼ਾਮਪਲ ਬਾਰ-ਬਾਰ ਦਿੱਤੀ ਜਾਂਦੀ ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਪੰਜਾਬ 'ਚ ਹਾਲੇ ਸਰਕਾਰ ਬਣੀ ਨਹੀਂ ਆ ਜਿਸ ਦਿਨ ਪੰਜਾਬ 'ਚ ਸਰਕਾਰ ਬਣ ਗਈ ਤਾਂ ਅਸੀਂ ਪੰਜਾਬ ਦੀ ਐਗਜ਼ਾਮਪਲ ਦਿਆ ਕਰਾਂਗੇ ਤੇ ਇੱਕ ਚੀਜ਼ ਆਪਾਂ ਗੱਲ ਕਰੀਏ ਕਿ ਮੁੱਦੇ ਹੁੰਦੇ ਨੇ ਜਾਂ ਫਿਰ ਫੇਸ ਹੁੰਦਾ ਆਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਵੱਲੋਂ ਇਸ ਵਕਤ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਹਾਲੇ ਕੁਝ ਕਲੀਅਰ ਨਹੀਂ ਹੈ ਕਿ ਫੇਸ ਕੌਣ ਹੋਏਗਾ ਦੇਖੋ ਭਾਵੇਂ ਸ਼ਕਪੀਰ ਬਾਦਲ ਜੀ ਰਹਿ ਹੁਣ ਅਕਾਲੀ ਦਲ ਬਣੀਓ ਭਾਵੇਂ ਵੱਡੇ ਬਾਦਲ ਰਹਿ ਗਏ ਹੁਣ ਅਕਾਲੀ ਦਲ ਬਣੀਓ ਭਾਵੇਂ ਕਾਂਗਰਸ ਤੇ ਕੈਪਟਨ ਅਮਰਿੰਦਰ ਰਹਿ ਗਏ ਤੇ ਜੇ ਹੁਣ ਕੈਪਟਨ ਅਮਰਿੰਦਰ ਨੂੰ ਇਹਨਾਂ ਨੇ ਲੁਕੋ ਲਿਆ ਤੇ ਨਵਜੋਤ ਸਿੱਧੂ ਜੀ ਨੂੰ ਅੱਗੇ ਕਰ ਦਿੱਤਾ ਠੀਕ ਹੈ ਕੱਲੇ ਫੇਸ ਹੀ ਆ ਇੰਨੇ ਮਾਫੀਆ ਚਲਾਤੇ ਰੇਤ ਮਾਫੀਆ ਤੋਂ ਲੈ ਕੇ ਪੰਜਾਬ ਦੇ ਬੱਚੇ ਬੱਚੇ ਅੱਜ ਜਿਹੜੇ ਆ ਉਹ ਮਤਲਬ ਲੋਕ ਮਜਬੂਰ ਕਰ ਦਿੱਤੇ ਕਿ ਉਹ ਦੋ ਵੇਲੇ ਦੇ ਆਟੇ ਨੂੰ ਰੋਟੀ ਨੂੰ ਵੀ ਤਰਸਦੇ ਆ कोरोना ਦਾ ਦੌਰ ਆਇਆ ਫਿਰ ਤੁਸੀਂ ਕਹੋਗੇ ਦਿੱਲੀ ਦੀ ਗੱਲ ਕਰ ਦਿੱਤੀ ਕਿ ਦਿੱਲੀ ਦੀ ਐਗਜ਼ਾਮਪਲ ਦੇ ਦਿੱਤੀ ਦਿੱਲੀ ਸਰਕਾਰ ਤਾਂ ਸਾਡੀ ਸਰਕਾਰ ਇਹੋ ਜੀ ਆ ਵੀ ਜਿੱਥੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਹੁਣ ਕੋਵਿਡ ਦਾ ਦੌਰ ਆ ਗਿਆ ਤੇ ਅਸੀਂ ਆਪਣੇ ਲੋਕਾਂ ਨੂੰ ਸੰਭਾਲਣਾ ਕਿਵੇਂ ਆ ਯੂ نو ਵਟ ਦੇ ਸਟਾਰਟਡ ਦੇ ਸਟਾਰਟਡ ਕਿ ਪੰਜ-ਪੰਜ ਹਜ਼ਾਰ ਗਰੀਬ ਦਿਹਾੜੀਦਾਰ ਬੰਦਿਆਂ ਦੇ ਖਾਤਿਆਂ ਚ ਪਾਉਣਾ ਸ਼ੁਰੂ ਕਰ ਦਿੱਤਾ ਐਟ ਲੀਸਟ ਉਹ ਆਪਣੀ ਰੋਟੀ ਖਾ ਸਕਣ ਰੋਟੀ ਪਕਾ ਸਕਣ ਉਹ ਸਾਡੀ ਪੰਜਾਬ ਸਰਕਾਰ ਦੀ ਤਰਾਨਤਨੀ ਆ ਕਿ ਜਿਹੜਾ ਨੇ ਟਰਾਲੀਆਂ ਦੀਆਂ ਟਰਾਲੀਆਂ ਆਟੇ ਦੀਆਂ ਨਾ ਰਾਸ਼ਨ ਦੀਆਂ ਜਿਹੜੀਆਂ ਉਹ ਪਾਰਕਾਂ ਚ ਦੱਬ ਦਿੱਤਾ ਪਿਛਲੇ ਸਾਲ ਦੀ ਗੱਲ ਆਈ ਰਿਮੈਂਬਰ ਜਦੋਂ ਸੌਣ ਭਾਦੋਂ ਚ ਜਾ ਕੇ ਉਹਨਾਂ ਤੇ ਸੁਸਰੀ ਢੋਰਾ ਲੱਗ ਗਿਆ ਹਨ ਤਾਂ ਬਠਿੰਡਾ ਜੋਗਰ ਪਾਰਕ ਦੀ ਗੱਲ ਆ ਇਹ ਹਨਾ ਤਾਂ ਉਹ ਮੈਂ ਆਪ ਉਥੇ ਪੱਟ ਕੇ ਜੀ ਸੀ ਵੀ ਨਾ ਕਢਾਇਆ ਵੀ ਆਟਾ ਤਾਂ ਦੱਬਿਆ ਪਿਆ ਤੁਹਾਡਾ ਸੋ ਦਿੱਲੀ ਸਰਕਾਰ ਅੱਜ ਲੋਕਾਂ ਦੇ ਲਈ ਖੜੀ ਆ ਤੇ ਲੋਕਾਂ ਨੂੰ ਸਮਰਪਤਾ ਪੰਜਾਬ ਸਰਕਾਰ ਦੀ ਤਰ੍ਹਾਂ ਨਹੀਂ ਆ ਕਿ ਜਿਹੜਾ ਆਟਾ ਦਿੱਤਾ ਤੇ ਉਹ ਤੁਸੀਂ ਆਟਾ ਵੀ ਖਾਜੋ ਉਹਨਾਂ ਦਾ ਉਹਨਾਂ ਦਾ ਰਾਸ਼ਨ ਦਿੱਤਾ ਤੁਸੀਂ ਰਾਸ਼ਨ ਵੀ ਖਾਜੋ ਜੇ ਉਹਨਾਂ ਦੀ ਡੋਜ਼ ਬਣ ਕੇ ਆਈ ਕੋਵਿਡ ਦੀ ਤੁਸੀਂ ਡੋਜ਼ ਵੀ ਵੇਚਦੇ ਹੋ ਉਹਨਾਂ ਦੀ ਜੇ ਤੁਹਾਨੂੰ ਮਤਲਬ ਕੋਈ ਨੌਕਰੀਆਂ ਦੀ ਗੱਲ ਆਉਂਦੀ ਹੈ ਜੇ ਸਟੂਡੈਂਟਸ ਦੀ ਗੱਲ ਆਉਂਦੀ ਹੈ ਤਾਂ ਜੇ ਕੁੜੀਆਂ ਦੀ ਗੱਲ ਹੁੰਦੀ ਹੈ ਖਾਸ ਕਰਕੇ ਤਾਂ ਜੜੀਆਂ ਆਪਣੇ ਹੱਕ ਮੰਗਣ ਜਾਂਦੀਆਂ ਨੇ ਮਤਲਬ ਫਿਟੇ ਲਾਨਤ ਆ ਇਸ ਸਰਕਾਰ ਦੇ ਜਿਹੜੀ ਸਰਕਾਰ ਸਾਡੀਆਂ ਕੁੜੀਆਂ ਦੇ ਸਿਰ 'ਤੇ ਵੀ ਡੰਡੇ ਮਾਰਦੀ ਐ ਇਸ ਤੋਂ ਮਾੜਾ ਤੇ ਇਸ ਤੋਂ ਵੱਡਾ ਕਲੰਕ ਜਿਹੜਾ ਪੰਜਾਬ ਸਰਕਾਰ ਹੋਰ ਕੀ ਲਾ ਸਕਦੀ ਆ ਦੱਸੋ ਜੇ ਗਰੀਬ ਬੱਚਿਆਂ ਦਾ ਬਜੀਫਾ ਆਉਂਦਾ ਆ ਤਾਂ ਜਿਹੜੇ ਮੰਤਰੀ ਧਰਮ ਸੋਧ ਵਰਗੇ ਬੈਠੇ ਨੇ ਕੈਬਨਿਟ ਦੇ ਵਿੱਚ ਪਠਾਈ ਬੈਠੇ ਉਹ ਸਾਰੇ ਦਾ ਸਾਰਾ ਬਜੀਫਾ ਗਰੀਬਾਂ ਦਾ ਖਾ ਜਾਂਦੇ ਜੇ ਆਮ ਆਦਮੀ ਪਾਰਟੀ ਨਾ ਬੋਲਦੀ ਆਮ ਆਦਮੀ ਪਾਰਟੀ ਅਸੀਂ ਪ੍ਰੋਟੈਸਟ ਨਾ ਕਰਦੇ ਉਹਨਾਂ ਨੇ ਤਾਂ ਕੰਮ ਸਮਾਪਤ ਕਰਤਾ ਸੀਗਾ ਆ ਜਿਹੜਾ ਥੋੜਾ ਬਹੁਤ ਮੋੜਿਆ ਨਾ ਉਹ ਆਮ ਆਦਮੀ ਪਾਰਟੀ ਦੀ وجہ ਨਾਲ ਬੋੜਿਆ ਜਦੋਂ ਥਾਂ ਥਾਂ ਤੇ ਪਟੱਸ ਥਾਂ ਥਾਂ ਤੇ ਜਦੋਂ ਧਰਨੇ ਮਜਾਰੇ ਸ਼ੁਰੂ ਹੋ ਗਏ ਇਲਜ਼ਾਮ ਕਾਂਗਰਸ ਤੇ ਬਹੁਤ ਵੱਡੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਵੱਲੋਂ ਕੀ ਕੁਝ ਕੀਤਾ ਗਿਆ ਪਰ ਜੇ ਆਪਾਂ ਗੱਲ ਕਰੀਏ ਸੀਐਮ ਫੇਸ ਦੀ ਤਾਂ ਪਾਰਟੀ ਦੇ ਕੋਲ ਸੀਐਮ ਫੇਸ ਕੌਣ ਹੈ ਕਿਉਂਕਿ ਕੁਝ ਵੀ ਕਲੀਅਰ ਨਹੀਂ ਹੁੰਦਾ ਦੇਖੋ ਮੈਂ ਫਿਰ ਉੱਥੇ ਗੱਲ ਆ ਗਈ ਆਪਣੀ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਲੋਕਾਂ ਦੇ ਕਮੈਂਟ ਬਾਕਸ ਭਰੇ ਪਏ ਹੁੰਦੇ ਨੇ ਕਿ ਫੇਸ ਕੌਣ ਜਿਆਦਾਤਰ ਲੋਕ ਕੀ ਕਰਦੇ ਨੇ ਕਿ ਫੇਸ ਨੂੰ ਦੇਖਦੇ ਨੇ ਕਿ ਤੁਹਾਡੇ ਕੋਲ ਫੇਸ ਬਿਲਕੁਲ 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 ਦੇਖੋ ਪੰਜਾਬ ਦੇ ਲੋਕਾਂ ਦੀਆਂ ਬੜੀਆਂ ਉਮੀਦਾਂ ਨੇ ਆਸਾਂ ਨੇ ਆਫਕੋਰਸ ਜਿਹੜਾ ਵੈਸੇ ਤਾਂ ਤੁਸੀਂ ਇਹ ਸਵਾਲ ਮੈਨੂੰ ਕਰ ਦਿੱਤਾ ਬਟ ਇਹ ਫੈਸਲਾ ਜਿਹੜਾ ਪੀਐਸਸੀ ਦਾ ਹੋਊਗਾ ਤੇ ਬੜੀ ਜਲਦੀ মিডিਆ ਦੇ ਸਾਹਮਣੇ ਆਊਗਾ ਹਜ਼ਾਰਾਂ ਗੁਣਾ ਆਮ ਆਦਮੀ ਪਾਰਟੀ ਜਿਸ ਵੀ ਕਿਸੇ ਨੂੰ ਲੈ ਕੇ ਆਉਗੀ ਉਹ ਹਜ਼ਾਰਾਂ ਹਜ਼ਾਰਾਂ ਗੁਣਾ ਨਾ ਤੋਂ ਮੱਚ ਮੱਚ ਬੈਟਰ ਹੋਊਗਾ ਜਿਹੜਾ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੀ ਗੱਲ ਕਰੂ ਤੇ ਪੰਜਾਬ ਦੇ ਲਈ ਸੱਚੇ ਦਿਲ ਦੇ ਨਾਲ ਮਰ ਮਟਣ ਦੇ ਲਈ। ਵੋਟਾਂ ਜਾਂ ਤਾਂ ਮੁੱਦਿਆਂ ਨੂੰ ਪੈਂਦੀਆਂ ਨੇ ਜਾਂ ਫਿਰ ਫੇਸ ਨੂੰ। ਆਮ ਆਦਮੀ ਪਾਰਟੀ ਦੋਨਾਂ ਚੋ ਕਿਸ ਨੂੰ ਚੁਣੇਗੀ? ਫੇਸ ਜਾਂ ਮੁੱਦੇ? ਨਹੀਂ ਫੇਸ ਦੇਣਾ ਮੈਂ ਤਾਂ ਪਹਿਲੇ ਹੀ ਕਹਾ ਦਿੱਤਾ ਕਿ ਪੀਐਸਜੀ ਦਾ ਫੈਸਲਾ ਹੋਊਗਾ ਬੜੀ ਜਲਦੀ। ਫੇਸ ਵੀ ਆਮ ਆਦਮੀ ਪਾਰਟੀ ਲੈ ਕੇ ਆਊਗੀ ਤੇ ਜੇ ਅਸੀਂ ਗੱਲ ਕਰੀਏ ਮੁੱਦਿਆਂ ਦੀ ਤਾਂ ਆਫਕੋਰਸ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਵਿੱਚ ਉਹਨਾਂ ਏਜੰਡਿਆਂ ਦੀ ਗੱਲ ਕਰਦੀ ਹੈ ਕਿਉਂਕਿ ਬੇਸ਼ੱਕ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਰਹੀ ਹੈ ਪਰ ਇੱਕ ਬਹੁਤ ਮਾਣ ਵਾਲੀ ਗੱਲ ਆ ਕਿ ਜਿਨਨੇ ਸਾਡੇ ਐਮਐਲਏ ਸਾਥੀਆਂ ਨੇ ਪੰਜਾਬ ਦੇ ਏਜੰਡਿਆਂ ਦੀ ਮੁੱਦਿਆਂ ਦੀ ਗੱਲ ਇਹਨਾਂ 4.5 ਸਾਲਾਂ ਦੇ ਵਿੱਚ ਵਿਧਾਨ ਸਭਾ 'ਚ ਰਿਕਾਰਡ ਬਣਾ ਦਿੱਤਾ ਮੈਂ ਨਹੀਂ ਮਤਲਬ ਕੋਈ ਵੀ ਨਹੀਂ ਇਸ ਗੱਲ ਨੂੰ ਕਹਿ ਸਕਦਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਪਾਰਟੀਆਂ ਰਹਿ ਗਈਆਂ ਜਿੰਨੇ ਐਮਐਲਏ ਰਹਿ ਗਏ ਕਦੇ ਉਹਨਾਂ ਨੇ ਜੇ ਅਸੀਂ ਉਹਨਾਂ ਦਾ ਏਵੈਲੂਏਟ ਕਰਨ ਲੱਗ ਜੀ ਹੈ ਨਾ ਤਾਂ ਆਮ ਆਦਮੀ ਪਾਰਟੀ ਦੇ ਅੱਧ ਚ ਵੀ ਨਹੀਂ ਪਹੁੰਚਣੇ ਕੋਈ ਸੋ ਇਸ ਗੱਲ ਦੀ ਬਹੁਤ ਵਧਾਈ ਆ ਕਿ ਸਾਡੇ ਸਾਰੇ ਸਾਥੀਆਂ ਨੇ ਹਰ ਉਸ ਪੰਜਾਬ ਦੀ ਮਸਲੇ ਦੀ ਗੱਲ ਕੀਤੀ ਹੈ ਹਰ ਉਸ ਅਜੰਡੇ ਦੀ ਗੱਲ ਕਰਤੀ ਆ ਆਮ ਆਦਮੀ ਪਾਰਟੀ ਫੇਸ ਵੀ ਦੇਉਗੀ ਤੇ ਆਮ ਆਦਮੀ ਪਾਰਟੀ ਅਜੰਡਿਆਂ ਸਮੇਤ ਪੰਜਾਬ ਦੇ ਮੈਦਾਨ ਚ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਜਿਸ ਤਰ੍ਹਾਂ ਕੇ ਨਾਲ ਮਿਲ ਕੇ ਕੰਮ ਕਰਦੇ ਨਹੀਂ ਪਰ ਬਹੁਤ ਸਾਰੇ ਲੋਕ ਬੀਤੇ ਦਿਨ ਛੱਡ ਕੇ ਵੀ ਕਈ ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਹੋ ਗਏ ਪ੍ਰਮਲ ਸਿੰਘ ਢੋਲਾ ਹੋ ਗਏ ਕੁਝ ਹੋਰ ਹੋ ਗਏ ਕਾਂਗਰਸ ਉਹ ਤਾਂ ਦੇਖੋ ਠੀਕ ਆ ਤੁਹਾਡੀ ਗੱਲ ਕਿ ਕੁਝ ਸਾਥੀ ਛੱਡ ਕੇ ਚਲੇ ਗਏ ਹਨ ਪਰ ਮੈਂ ਇਸ ਗੱਲ ਨੂੰ ਵੀ ਪੋਜ਼ਿਟਿਵ ਮੰਨਦੀ ਹਾਂ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਜਾਂ ਫਿਰ ਜਸਮੀਤ ਜੀ ਤੁਹਾਡੇ ਕੋਲ ਇਹ ਸਵਾਲ ਨਿਕਲਿਆ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵੈਲਵਿਸ਼ਰੀ ਹੁੰਦੀ ਹੈ ਜਿਹੜੇ ਸਵਾਲ ਕਰ ਦਿੰਦੇ ਆ ਵਰਨਾ ਤੋੜ-ਫੋੜ ਤੇ ਕੈਪਟਨ ਅਮਰਿੰਦਰ ਕਿੱਧਰ ਜਾ ਰਿਹਾ ਨਵਜੋਤ ਸਿੰਘ ਕਿੱਦੇ ਕਿੱਧਰ ਜਾ ਰਿਹਾ ਟੀਨਸਾ ਪਰਿਵਾਰ ਕਿੱਧਰ ਜਾ ਰਿਹਾ ਸੁਖਨੋਬੜੀ ਬਾਦਰਸ ਨੋਬਾਡੀ ਕੈਰਿੰਗ ਦੀ ਪਾਰਟੀ ਸਾਹਮਣੇ ਪਉਂਦੀ ਨੋਬਾਡੀ ਬਾਦਰਸ ਆਮ ਆਦਮੀ ਪਾਰਟੀ ਦੇ ਤਾਂ ਉਮਰ ਹੀ ਖੈਰ ਪੰਚ 6 ਸਾਲਾਂ ਮਤਲਬ ਅਸੀਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਤੇ ਟਨਿਓਰ ਜਿਹੜਾ ਹੈਗਾ ਉਹ 4.5 ਸਾਲਾਂ ਦਾ ਰਾਈਟ 4.5 ਸਾਲਾਂ ਦੇ ਵਿੱਚ ਜੇ ਮਾੜਾ ਮੋਟਾ ਇਕੜ ਦੁਖੜ ਹੋ ਵੀ ਗਿਆ ਤਾਂ ਮੈਨੂੰ ਨਹੀਂ ਲੱਗਦਾ ਇਹ ਚੀਜ਼ ਮੈਟਰ ਕਰਦੀ ਆ ਕਿਉਂਕਿ ਇਹ ਨਿਆ ਨਿਆ ਪੁਰਾਣੀਆਂ ਪਾਰਟੀਆਂ ਆਪਣੇ ਬੰਦਿਆਂ ਨੂੰ ਨਹੀਂ ਸਾਂਭ ਪਾਈਆਂ ਹੁਣ ਤੱਕ ਉਹ ਸਾਰਾ ਕੁਝ ਉਹਨਾਂ ਦਾ ਖਤਮ ਹੋ ਗਿਆ ਇੱਕ ਚੀਜ਼ ਹੋਰ ਬਿਜਲੀ ਦੀ ਗੱਲ ਕਰੀਏ ਬਿਜਲੀ ਮੁੱਦੇ ਦੀ ਤਾਂ ਅਸਲ ਦੇ ਵਿੱਚ ਹੈ ਕੀ ਲੋਕ ਬੜੇ ਕਨਫਿਊਜ਼ ਨੇ 605 ਦੇ ਵਿੱਚ ਨੇ ਕੇਜਰੀਵਾਲ ਜੀ ਆਉਂਦੇ ਨੇ 300 ਯੂਨਿਟ ਤੱਕ ਆ ਕੇ ਜਾਂਦੇ ਨੇ ਉਸ ਤੋਂ ਬਾਅਦ ਰਾਗਵ ਚੱਡਾ ਜੀ ਪ੍ਰੈਸ ਕਾਨਫਰੰਸ ਕਰਦੇ ਨੇ 600 ਯੂਨਿਟ ਦੀ ਗੱਲ ਹੁੰਦੀ ਹੈ ਪੰਫਲੇਟਸ ਤੇ ਹਲੇ ਵੀ 300 ਯੂਨਿਟ ਲਿਖਿਆ ਹੋਇਆ ਅਸਲ ਹੈ ਕਿ ਕਿੰਨੀ ਹੈ ਉਹਦੇ 'ਚ ਕੋਈ ਕਨਫਿਊਜ਼ਨ ਵਾਲੀ ਮੈਨੂੰ ਉਹਨੇ ਲੱਗਦਾ ਇਹਦੇ 'ਚ ਕੋਈ ਗੱਲ ਹੈਗੀ ਆ ਕਿਉਂਕਿ ਅਰਵਿੰਦ ਜੀ ਆਏ ਉਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਕਿ 300 ਯੂਨਟਾਂ ਸੀ ਮਹੀਨੇ ਦੇ ਜਿਹੜੇ ਆ ਉਹ ਬਿਜਲੀ ਬਿੱਲਾਂ ਤੇ ਮਾਫੀ ਰਹੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਆ। ਇਹਦਾ ਮਤਲਬ ਸਿਰਫ ਇੰਨਾ ਹੈ ਕਿ ਪੰਜਾਬ ਦੇ ਵਿੱਚ ਜੇ ਅਸੀਂ ਬਿੱਲਾਂ ਦੀ ਗੱਲ ਕਰੀਏ ਤਾਂ 2 ਮਹੀਨੇ ਬਾਅਦ ਆਉਂਦੇ ਆ। ਕਿ ਇੱਥੇ ਬਿੱਲ ਜਿਹੜਾ ਆ ਉਹ 1 ਮਹੀਨੇ ਬਾਅਦ ਨਹੀਂ ਆਉਂਦਾ 2 ਮਹੀਨੇ ਬਾਅਦ ਆਉਂਦਾ ਆ। 2 ਮਹੀਨੇ ਬਾਅਦ ਦਾ ਮਤਲਬ ਆ ਕਿ 600 ਯੂਨਟਾਂ ਚੜੀਆ ਬਿੱਲ ਤੇ ਮਾਫੀ ਹੋਊਗੀ ਜੇ ਬਿੱਲ 600 ਯੂਨਿਟ ਤੋਂ ਉੱਪਰ ਚਲਾ ਜਾਂਦਾ ਬਿੱਲ ਯਾਨੀ 601 ਜਾਂ 2 ਹੋ ਜਾਂਦਾ ਹੈ ਤਾਂ ਜਿੰਨੀਆਂ ਯੂਨਿਟਸ ਉੱਪਰ ਜਾਂਦੀਆਂ ਸਿਰਫ ਉਹਨਾਂ ਦਾ ਹੀ ਬਿੱਲ ਜਿੰਨੀਆਂ ਯੂਨਿਟਸ ਉੱਪਰ ਜਾਂਦੀਆਂ 600 ਤੋਂ ਜੀ ਠੀਕ ਹੈ ਤੇ ਇੱਕ ਚੀਜ਼ ਹੋਰ ਹੈ ਕਿ ਜਿਸ ਤਰ੍ਹਾਂ ਤਲਵੰਡੀ ਸਾਬੋ ਬਠਿੰਡਾ ਏਰੀਆ ਪੂਰਾ ਲੋਅਰ ਮਾਲਵਾ ਕੈਂਸਰ 벨ਟ ਹੈ ਹਰਸਿਮਰਤ ਕੋਰ ਬਾਦਲ ਕਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਏਮਜ਼ ਲਿਆਂਦਾ ਗਿਆ ਕੈਪਟਨ ਕਹਿੰਦੇ ਨੇ ਕਿ ਅਸੀਂ ਕੈਂਸਰ ਸੈਂਟਰ ਬਣਾਵਾਂਗੇ ਸਿਵਲ ਹਸਪੀਟਲਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਪਲਾਨ ਹੈ ਇਸ ਨੂੰ ਲੈ ਕੇ ਹਰ ਸਿਮਰਤ ਕੀ ਕਹਿੰਦੇ ਆ ਸੀਐਮਸ ਲੈ ਕੇ ਆਉਂਦਾ ਮਤਲਬ ਕੈਪਟਨ ਕਹਿੰਦੇ ਆ ਅਸੀਂ ਫੋਰ ਡਿਵੈਲਪ ਕਰ ਦਾਂਗੇ ਬਈ ਕਦੋਂ ਕਰਨਗੇ ਕੈਂਸਰ ਕੋਈ ਅੱਜ ਤਾ ਨਹੀਂ ਬਣ ਗਿਆ ਇੱਥੇ ਕੈਪਟਨ ਅਮਰਿੰਦਰ ਦੀ ਸਰਕਾਰ ਸਾਢੇ 4 ਸਾਲ ਰਹੀ ਗਈ ਸਾਢੇ 4 ਸਾਲਾਂ ਦੇ ਵਿੱਚ ਕੀ ਕੀਤਾ ਦੱਸੋ ਤਲਵੱਡੀ ਸਾਬੋ ਦਾ ਸਰਕਾਰੀ ਹਸਪੀਟਲ ਉੱਥੇ ਪੂਰੇ ਡਾਕਟਰ ਅਵੇਲੇਬਲ ਨਹੀਂ ਹੈਗੇ ਉੱਥੇ ਡਾਕਟਰ ਇਹਨਾਂ ਤੋਂ ਪੂਰੇ ਨਹੀਂ ਕੀਤੇਗੇ ਰਾਂਵਾ ਮੰਡੀ ਦਾ ਸਰਕਾਰੀ ਹਸਪਤਾਲਾਂ ਉਹ ਜਿੱਥੇ ਲੋਕ ਮਤਲਬ ਇੰਨੇ ਕਬਾਰ ਤਾਂ ਸਵਾਲ ਮੈਂ ਹਾਊਸ ਦੇ ਵਿੱਚ ਉਠਾ ਦਿੱਤਾ ਬਈ ਕੀ ਤਜਵੀਜ਼ ਆ ਸਾਨੂੰ ਦੱਸਿਆ ਜਾਵੇ ਕੀ ਉੱਥੇ ਕੀ ਸਰਕਾਰ ਕਰਦੀ ਆ ਸਾਡੇ ਸਰਕਾਰ ਕੋਲੇ ਇੱਕ ਵੀ ਜਵਾਬ ਨਹੀਂ ਆ ਕਿ ਕਿੱਥੋਂ ਇਹਨਾਂ ਨੇ ਡਾਕਟਰਸ ਭੇਜਣੇ ਆ ਭੇਜਣੇ ਆ ਵੀ ਆ ਜਾਂ ਨਹੀਂ ਭੇਜਣੇ ਜਿਹੜੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਹੁੰਦਾ ਸਰਕਾਰ ਨੇ ਨਾ ਉਹ ਸਵਾਲ ਹੀ ਮੋੜ ਕੇ ਵਾਪਸ ਕਰ ਦਿੱਤੇ ਜਾਂਦੇ ਨੇ ਕਿ ਤੁਹਾਡਾ ਸਵਾਲ ਹੀ ਲੱਗਿਆ ਹੀ ਨਹੀਂ ਜੀ ਤਾਂ ਦੂਸਰੇ ਦਿਨ ਹਾਊਸ 'ਚ ਪਤਾ ਲੱਗਦਾ ਹੁੰਦਾ ਵੀ ਸਰਕਾਰ ਸ਼ਾਇਦ ਪਤਾ ਲੱਗਦਾ ਕਿ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ। ਵਿਰੋਧੀ ਤਾਂ ਕਹਿੰਦੇ ਕਿ ਕਿਹੜੀਆਂ ਗੱਲਾਂ ਕਰਦੀਆਂ ਜੋ ਵਾਕ ਆਊਟ ਕਰ ਜਾਂਦੀ ਹੈ ਕੋਈ ਵੀ ਮੁੱਦਾ ਹੋਇਆ ਮਤਲਬ ਸਰ ਬੋਲਣ ਦਾ ਟਾਈਮ ਦਿੱਤਾ ਜਾਵੇ ਸੈਸ਼ਨ ਕੋਈ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਸਰਕਾਰ ਕਹਿ ਦਵੇ ਕਿ ਅਸੀਂ ਸੈਸ਼ਨ ਬੁਲਾ ਲਿਆ ਤੇ ਅਸੀਂ 3 ਦਿਨਾਂ ਦਾ ਸੈਸ਼ਨ ਬੁਲਾਉਣਾ ਹੈ ਅਸੀਂ 4 ਦਿਨਾਂ ਦਾ ਸੈਸ਼ਨ ਬੁਲਾਉਣਾ ਹੈ ਕੀ ਮਤਲਬ ਹੋਇਆ ਜਿਸ ਜ਼ਿੰਮੇਵਾਰੀ ਲਈ ਤੁਹਾਨੂੰ ਚੁਣ ਕੇ ਭੇਜਿਆ ਗਿਆ ਹੈ ਜਿਸ ਫਰਜ਼ਾਂ ਪ੍ਰਤੀ ਜੋ ਤੁਹਾਡੇ ਬਣਦੀਆਂ ਨੇ ਡਿਊਟੀਆਂ ਤਾਂ ਉਹਨਾਂ ਨੂੰ ਪੂਰੇ ਕਰੋ ਜੇ ਤੁਹਾਨੂੰ ਚੁਣ ਕੇ ਲੋਕਾਂ ਨੇ ਭੇਜਿਆ ਡਸਨਟ ਮੀਨ ਕਿ ਤੁਸੀਂ ਉੱਥੇ ਦੋ ਦਿਨ ਉੱਥੇ ਜਾ ਕੇ ਬੋਲ ਕੇ ਇੱਧਰ ਉੱਧਰ ਦੀ ਗੱਲ ਕਰਕੇ ਆ ਜਾਓ ਵਿਧਾਨ ਸਭਾ ਜਿਹੜਾ ਹਾਊਸ ਆ ਉਹਦੀ ਇੱਕ ਮਰਿਆਦਾ ਹੈਗਾ ਉਹਦੀ ਇੱਕ ਆਪਣੇ ਆਪ ਦੇ ਵਿੱਚ ਉਹਦੀ ਇੱਕ ਰਿਸਪੈਕਟ ਆ ਤੇ ਰਿਸਪੈਕਟ ਇਹੀ ਮੰਗਦੀ ਹੈ ਕਿ ਜੇ ਪੰਜਾਬ ਦੇ ਏਜੰਡਿਆਂ ਦੀ ਗੱਲ ਕਰਨੀ ਆ ਪੰਜਾਬ ਦੇ ਇੰਨੇ ਮਸਲੇ ਨੇ ਕਿ ਉਹ ਦੋ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਖਤਮ ਹੋਣ ਵਾਲੇ ਨਹੀਂ ਐਟ ਲੀਸਟ ਉਹਨਾਂ ਨੂੰ ਚਾਹੀਦਾ 15-15 ਦਿਨ 20-20 ਦਿਨ ਇੱਕੋ ਇੱਕ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸੀ ਆ ਕਿਸਾਨਾਂ ਦਾ ਮਸਲਾ ਆ ਆਮ ਆਦਮੀ ਪਾਰਟੀ ਨੇ ਬਹੁਤ ਇਸ ਗੱਲ ਨੂੰ ਲੈ ਕੇ ਅਸੀਂ ਉੱਥੇ ਇੰਨਾ ਕੁ ਜ਼ਿਆਦਾ ਮਤਲਬ ਰੌਲਾ ਪਾਇਆ ਕਿ ਏਟਲੀਸ ਸਾਨੂੰ ਇਸ ਤੇ ਗੱਲ ਕਰਨ ਦੇ ਸਾਨੂੰ ਇਸ ਤੇ ਬੋਲਣ ਦੇ ਪਰ ਸਰਕਾਰ ਭੱਜ ਰਹੀ ਸੀ ਬਿਜਲੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਕਿਹਾ ਸਾਨੂੰ ਗੱਲ ਕਰਨ ਦੇ ਅਸੀਂ ਦੱਸਦੇ ਆ ਵੀ ਹੁਣ ਤੱਕ ਕੈਪਟਨ ਨਮਰਿੰਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਜਿਹੜੇ ਸਾਰੇ ਸਮਝੌਤੇ ਪ੍ਰਾਈਵੇਟ ਥਰਮਲਾਂ ਦੇ ਨਾਲ ਕੀਤਾ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਪੁਆਇੰਟ ਹੀ ਨਹੀਂ ਸੀ ਉੱਤੇ ਡਿਸਕਸ਼ਨ ਤੇ ਨਹੀਂ ਆਉਂਦੀ ਸਰਕਾਰ ਭੱਜਦੀ ਆ ਆਮ ਆਦਮੀ ਪਾਰਟੀ ਕੋਲੇ ਕੀ ਫਾਰਮੂਲਾ ਹੈ ਕਿ ਰੱਦ ਕਰ ਦੇਣ ਕਿ ਕੈਪਟਨ ਤੇ 4.5 ਸਾਲ ਚ ਕਰ ਨਹੀਂ ਸਕੇ ਨੀਤ ਨੂੰ ਮਰਾਦਾ ਨੇ ਮੈਂ ਤਾਂ ਇੱਕ ਗੱਲ ਹੋਰ ਦੱਸ ਦਈਆਂ ਜੇ ਕੈਪਟਨ ਨਮਰਿੰਦਰ ਦੀ ਸਰਕਾਰ ਦੀ ਨੀਤ ਹੁੰਦੀ ਠੀਕ ਹੈ ਹੁਣ ਮਤਲਬ ਪ੍ਰਧਾਨ ਬਦਲ ਕੇ ਸੋਚਦੇ ਆ ਵੀ ਸ਼ਾਇਦ ਅਸੀਂ ਪੰਜਾਬ 'ਚ ਫੇਰ ਕੁਝ ਕਰ ਲਵਾਂਗੇ ਸੋ ਲੋਕ ਸਾਰੇ ਚੀਜ਼ਾਂ ਨੂੰ ਜਾਣਦੇ ਨੇ ਤੇ ਅਸਲ 'ਚ ਗੱਲ ਉਥੇ ਸ਼ੁਰੂ ਹੁੰਦੀ ਹੈ ਜਿਸ ਦਿਨ ਸਰਕਾਰੇ ਸੋਚਣ ਲੱਗ ਜੇ ਕਿ ਅਸੀਂ ਸਾਰੇ ਮਾਫੀਆ ਦੇ ਜਿਹੜੇ ਬੰਦ ਕਰਕੇ ਤੇ ਜੇ ਉਹ ਲੋਕਾਂ ਦਾ ਪੈਸਾ ਲੋਕਾਂ ਤੇ ਲਾਵਾਂਗੇ ਤਾਂ ਕੀ ਨਹੀਂ ਹੋ ਸਕਦਾ ਸਾਰਾ ਕੁਝ ਆਪਾਂ ਕੈਂਸਰ ਦੀ ਗੱਲ ਕਰ ਰਹੇ ਸੀ ਕਿ 벨ਟ ਕੈਂਸਰ 벨ਟ ਹੈ ਤੁਹਾਡੇ ਏਰੀਆ ਦੇ ਵਿੱਚ ਆਰੂ ਪਲਾਂਟਸ ਲੱਗੇ ਹੋਏ ਸੀ ਬਾਅਦ ਵਿੱਚ ਉਹ ਬੰਦ ਕਰਵਾ ਦਿੱਤੇ ਗਏ ਤੁਸੀਂ ਉਹਨਾਂ ਨੂੰ ਦੁਬਾਰਾ ਖੁਲੁਆਉਣ ਦੇ ਲਈ ਜਾਂ ਬੰਦ ਕਿਉਂ ਕੀਤੇ ਗਏ ਉਸ ਦੇ ਲਈ ਬਾਅਦ ਚੁਕੀ ਸਰਕਾਰਾਂ ਹਮੇਸ਼ਾ ਹੀ ਲੋਕਾਂ ਦੇ ਨਾਲ ਦੇਖੋ ਬਹੁਤ ਜ਼ਿਆਦਾ ਤੱਕਾ ਕਰਦੀਆਂ ਆਈਆਂ ਨੇ ਠੀਕ ਹੈ ਇਹੀ ਦੁਖਾਂਤ ਆ ਪੰਜਾਬ ਦਾ ਹਮੇਸ਼ਾ ਹੀ ਮਤਲਬ ਚਾਹੇ ਆਰੋ ਪਲਾਨਟ ਦੀ ਗੱਲ ਕਰੀਏ ਚਾਹੇ ਸਿਹਤ ਸਵਾਵਾ ਦੀ ਗੱਲ ਕਰੀਏ ਚਾਹੇ ਸਕੂਲਸ ਦੀ ਗੱਲ ਕਰੀਏ ਤਾਂ ਸਰਕਾਰ ਹਮੇਸ਼ਾ ਹੀ ਉਹਦਾ ਚੱਲਦੀ ਆ ਕਿ ਜਿਹੜੇ ਆਪੋਜੀਸ਼ਨ ਹੁੰਦੀ ਆ ਉਹਨੂੰ ਦੱਬ ਕੇ ਇਗਨੋਰ ਕਰਕੇ ਰੱਖਦੀ ਆ ਔਰ ਮਾੜੇ ਕੰਮ ਲੋਕਾਂ ਉਹ ਹਮੇਸ਼ਾ ਹੀ ਆਪਣੇ ਜਿਹੜੇ ਇੱਥੇ ਏਜੰਟ ਪਣਾ ਕਰਦੇ ਆ ਮੈਂ ਤਾਂ ਇਹ ਕਹੂੰਗੀ ਹਣ ਉਹਨਾਂ ਤੋਂ ਕਰਾਏ ਜਾਂਦੇ ਆ ਸੋ ਜੇ ਅੱਜ ਤਲਵੰਡੀ ਸਾਬੋ ਦੀ ਗੱਲ ਕੀਤੀ ਜਾਵੇ ਜੇ ਪੰਜਾਬ ਦੇ ਹਰ ਉਸ ਸਿਸਟਮ ਦੀ ਗੱਲ ਕੀਤੀ ਜਾਵੇ ਐਨਾ ਕ੍ਰਾਈਮ ਵੱਧ ਗਿਆ ਐਨਾ ਇੱਥੇ ਮਤਲਬ ਦਿਨ ਦਿਹਾੜੇ ਡਾਕੇ ਵਜਦੇ ਆ ਚੋਰੀਆਂ ਵਜਦੀਆਂ ਲੁੱਟਖੋ ਹੁੰਦੀ ਐ ਇਹਦੇ ਲਈ ਜ਼ਿੰਮੇਵਾਰ ਕੌਣ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਚਾਹੁੰਦੀ ਨਹੀਂ ਆਮ ਆਦਮੀ ਪਾਰਟੀ ਆਪੋਜੀਸ਼ਨ ਚ ਰਹੀ ਆ ਆਪੋਜੀਸ਼ਨ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਹਾਊਸ ਦੇ ਵਿੱਚ ਮੋਦਿਆਂ ਨੂੰ ਉਠਾਇਆ ਜਾਵੇ ਸਰਕਾਰ ਦਾ ਧਿਆਨ ਉਹਨਾਂ ਵੱਲ ਦਿਵਾਇਆ ਜਾਵੇ ਜੇ ਸਰਕਾਰ ਨਹੀਂ ਸੁਣਦੀ ਤਾਂ ਐਜੀਟੇਸ਼ਨ ਕੀਤੀ ਜਾਵੇ ਧਰਨੇ ਲਗਾਏ ਜਾਏ ਤੁਸੀਂ ਅੰਮ੍ਰਿਤਪਾਲ ਸਾਹੀ ਤੁਹਾਡੀ ਸੁਣਦੀ ਨਹੀਂ ਇੱਥੋਂ ਦੀ ਇਹ ਤਾਂ ਮੈਨੂੰ ਤਾਂ ਤੁਹਾਨੂੰ ਸਵਾਲ ਕਰਨ ਦੀ ਲੋੜ ਹੀ ਨਹੀਂ ਜੀ ਅਫਸਰ ਸ਼ਾਹੀ ਆਪੋਜੀਸ਼ਨ ਦੀ ਸੁਣਦੀ ਹੋਵੇ ਤਾਂ ਪੰਜਾਬ ਐਨੇ ਦੁਖਾਂਤ ਦੇ ਵਿੱਚੋਂ ਲੰਗੇ ਹੀ ਨਾ ਫਿਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ 300 ਯੂਨਿਟ ਮਹੀਨੇ ਦੀਆਂ ਫ੍ਰੀ ਦੇਵਾਂਗੇ ਦੂਸਰੀਆਂ ਪਾਰਟੀਆਂ ਨੇ ਆਲਰੇਡੀ ਕੀਤੀ ਹੋਈਆਂ ਫਿਰ ਪੰਜਾਬ ਦੇ ਲੋਕਾਂ ਨੂੰ ਕੀ ਆਮ ਆਦਮੀ ਪਾਰਟੀ ਵੀ ਮੁਫਤ ਖੋਰਾ ਬਣਾ ਰਹੀ ਹੈ ਬਜਾਏ ਇਸ ਦੇ ਕਿ ਉਹਨਾਂ ਨੂੰ 3 ਰੁਪਏ ਪਰ ਯੂਨਿਟ ਜਿਵੇਂ ਹਰਿਆਣਾ ਦੇ ਦਿੰਦਾ ਉਹ ਵੀ ਦਿੱਤਾ ਜਾਏ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਮੁਫਤ ਖੋਰਾਣੀ ਪਣਾ ਰਹੀ ਹੈ ਮੈਂ ਫਿਰ ਦੁਬਾਰਾ ਦੱਸਦੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਟੈਕਸ ਹੈ ਔਰ ਟੈਕਸ ਲੋਕਾਂ ਦਾ ਪੈਸਾ ਜੋ ਆਉਂਦਾ ਹੈ ਉਹ ਲੋਕਾਂ ਤੇ ਹੀ ਲੱਗੂਗਾ ਬੈਟਰ ਇਹ ਬਣਦਾ ਆ ਪਰ ਹੁਣ ਤੱਕ ਸਰਕਾਰਾਂ ਨੇ ਕੀ ਕੀਤਾ ਆ ਸਾਰੇ ਦੇ ਸਾਰੇ ਮਾਫੀਆ ਚਲਾ ਕੇ ਮਤਲਬ ਸਿਰਫ ਤੇ ਸਿਰਫ ਆਪਣੇ ਘਰਾਂ ਨੂੰ ਚਲਾਇਆ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਉਹਨਾਂ ਨੂੰ ਪਰੇ ਕਰ ਦਿੱਤਾ ਆ ਐਵੇਂ ਨਹੀਂ ਐਡੇ ਐ ਮਾਫੀਆ ਚੱਲਦੇ ਆ ਨਕਲੀ ਸ਼ਰਾਬ ਕੌਣ ਉਹਦੇ ਲਈ ਜ਼ਿੰਮੇਵਾਰ ਨਜਾਇਜ਼ ਜਿਹੜੇ ਉਥੇ ਸ਼ਰਾਬ ਦੇ ਠੇਕੇ ਚੱਲ ਰਹੇ ਆ ਬਈ ਕੌਣ ਜ਼ਿੰਮੇਵਾਰ ਆ ਤਰਨ ਤਰਨ ਸ਼ਰਾਬ ਫੜੀ ਜਾਂਦੀ ਆ ਕੌਣ ਜ਼ਿੰਮੇਵਾਰ ਖੰਨੇ ਫੜੀ ਜਾਂਦੇ ਰਾਜਪੁਰੇ ਫੜੀ ਜਾਂਦੇ ਕੈਪਟਨ ਅਮਰਿੰਦਰ ਦੀ ਆਪਣੀ ਸ਼ਰਚ ਫੜੀ ਜਾਂਦੀ ਕੀ ਜਵਾਬਾ ਸਰਕਾਰ ਕੋਲੇ ਸਰਕਾਰ ਇਹਨਾਂ ਸਾਰੇ ਜਵਾਬ ਦੇਣ ਤੋਂ ਭੱਜਦੀ ਆ ਸੋ ਆਮ ਆਦਮੀ ਪਾਰਟੀ ਬਿਲਕੁਲ ਕਲੀਅਰ ਤੇ ਸਪਸ਼ਟਾ ਜੋ ਲੋਕਾਂ ਦਾ ਦੇ ਲਈ ਬਣਿਆ ਜਦੋਂ ਉਹਨੂੰ ਤੁਸੀਂ ਪਬਲਿਕ ਤੇ ਇਨਵੈਸਟ ਕਰੋਗੇ ਤਾਂ ਕਿਉਂ ਨਹੀਂ ਕੰਮ ਹੋਣਗੇ ਹੁਣ ਆਪਾਂ ਪਾਣੀ ਦੀ ਗੱਲ ਕਰ ਲਈਏ ਪਾਣੀਆਂ ਦੀ ਦਿੱਲੀ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਲਈ ਸਟੈਂਡ ਹੁੰਦਾ ਹੈ ਹਰਿਆਣਾ ਕੇਜਰੀਵਾਲ ਸਾਹਿਬ ਜਾਂਦੇ ਨਹੀਂ ਆਮ ਆਦਮੀ ਪਾਰਟੀ ਦੀ ਹੋਰ ਲੀਡਰ ਜਾਂਦੇ ਨਹੀਂ ਸਟੈਂਡ ਹਰਿਆਣਾ ਦੇ ਪੱਖ ਦਾ ਹੋ ਜਾਂਦਾ ਤੇ ਪੰਜਾਬ ਦੇ ਲਈ ਆਮ ਆਦਮੀ ਪਾਰਟੀ ਦਾ ਅਕਸਿਸਟੈਂਟ ਹੈ ਦੇਖੋ ਜਿੱਥੇ ਤੱਕ ਪੰਜਾਬ ਦੇ ਮਸਲਿਆਂ ਦੀ ਗੱਲ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ ਤਾਂ ਆਫ ਕੋਰਸ ਇਹ ਨਹੀਂ ਹੋਊਗਾ ਕਿ ਪੰਜਾਬ ਦੇ ਹੱਕ ਖੋ ਕੇ ਕਿਸੇ ਹੋਰ ਸਟੇਟ ਨੂੰ ਦਿੱਤੇ ਜਾਣਗੇ ਮੈਨੂੰ ਪਤਾ ਸ਼ਾਇਦ ਪਿੱਛੇ ਜੇ ਇਹ ਗੱਲ ਨੂੰ ਬੜਾ ਮੈਨਿਪੂਲੇਟ ਕਰਕੇ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਥੈਟ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਗੇਂਸਟ ਨੇ ਪੰਜਾਬ ਸੋ ਇਹ ਇਟਸ ਲਾਈਕ ਇਸ ਸਾਰੇ ਦੀ ਸਾਰੀ ਜਿਹੜੀ ਹੈ ਮੈਨੀਪੂਲੇਸ਼ਨ ਆ ਹਨਾ ਐਕਚੁਅਲ ਚ ਕੀ ਐਗਜ਼ਿਸਟ ਕਰਦਾ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਦੇ ਆ ਪੰਜਾਬ ਦੇ ਹੱਕ ਜਿਹੜੇ ਆ ਉਹ ਪੰਜਾਬ ਨੂੰ ਹੀ ਦਿੱਤੇ ਜਾਣਗੇ ਉਹਨਾਂ ਨੂੰ ਕੋਈ ਖੋ ਨਹੀਂ ਸਕੂਗਾ ਇਸ ਵਕਤ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਥਿਤੀ ਬਣੀ ਹੋਈ ਹੈ ਪਿਛਲੀ ਵਾਰ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੇ ਪੂਰਾ ਜੋਰ ਲਾ ਲਿਆ ਪਰ ਕੁਝ ਕਾਰਨ ਰਹੇ ਕਿ ਵੋਟਾਂ ਦੂਜੇ ਪਾਸੇ ਪੈ ਗਈਆਂ ਅਜਿਹਾ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਸ ਵਾਰ ਜਿਹੜੇ ਲੀਡਰ ਨੇ ਕੁਝ ਬਚੇ ਨੇ ਜਾਂ ਵੋਟਾਂ ਦੂਜੇ ਪਾਸੇ ਭੁਗਤਣ ਗਿਆ ਹੀ ਨਹੀਂ ਕਿਉਂਕਿ ਫੇਸ ਤੇ ਇਸ ਵਕਤ ਪਾਰਟੀ ਦੇ ਕੋਲ ਟਿਲ ਡੇਟ ਨਹੀਂ ਹੈ ਅਸਲ 'ਚ ਜਦੋਂ ਸਰਕਾਰ ਬਣਾਉਣੀ ਸੀ ਨਾ ਫਿਰ ਉੱਥੇ ਗੱਲ ਸ਼ੁਰੂ ਉੱਥੇ ਕਰਨ ਲੱਗੀਆਂ ਤਾਂ ਕੈਪਟਨ ਅਮਰਿੰਦਰ ਦੀ ਸਰਕਾਰ ਬਣਾਉਣ ਵੇਲੇ ਨਾ ਬੜੇ ਝੂਠੇ ਵਾਅਦੇ ਕਰ ਦਿੱਤੇ ਪੰਜਾਬ ਦੇ ਲੋਕਾਂ ਨੇ ਯਕੀਨ ਕਰ ਲਿਆ ਜਦੋਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਕਹਿਣ ਦਾ ਮਤਲਬ ਇਹ ਲੋਕ ਅੱਜ ਤੱਕ ਇਹੀ ਕਰਦੇ ਆਏ ਆ ਮਤਲਬ ਧਰਮ ਨੂੰ ਹਮੇਸ਼ਾ ਇੱਕ ਆਪਣੀ ਸਿਆਸਤ ਲਈ ਵਰਤਣਾ ਇਸ ਤੋਂ ਮਾੜਾ ਪੱਖ ਨਹੀਂ ਹੋ ਸਕਦਾ ਤੇ ਕੈਪਟਨ ਅਮਰਿੰਦਰ ਨੇ ਵੀ ਇਹ ਕੀਤਾ। ਗੁਟਕਾ ਸਾਹ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੇਾਂਗੇ। ਉਹ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ। ਜਿਹੜੇ ਉਸ ਗੁਰੂ ਦੇ ਸਿਰ ਤੇ ਜਿਉਂਦੇ ਆ ਪੰਜਾਬੀ ਠੀਕ ਹੈ ਨਾ। ਉਹਨਾਂ ਨੂੰ ਮਾਣ ਆ ਸਤੇਸ ਵੱਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਥਿਤੀ ਐਸਾ ਲੱਗਿਆ ਕਿ ਬਹੁਤ ਆਈ ਥਿੰਕ ਕਿ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਉਸ ਸਮਾਂ ਬਹੁਤ ਥੋੜਾ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਦੇ ਉਹਨਾਂ ਦੀ ਤਰ੍ਹਾਂ ਘਟਿਆ ਸਿਆਸਤ ਨਹੀਂ ਕੀਤੀ ਕੰਮ ਕਰਕੇ ਦਿਖਾਇਆ ਤੇ ਕੰਮ ਕਰਕੇ ਦਿਖਾਉਗੀ ਤੇ ਗੱਲ ਜੇਕਰ ਆਪਾਂ ਨਵਜੋਤ ਸਿੰਘ ਸਿੱਧੂ ਦੀ ਕਰੀਏ ਪਹਿਲਾਂ ਕੈਸ ਲੱਗ ਰਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਲੱਗਦਾ ਕਿ ਸਿੱਧੂ ਦੇ ਵਾਪਸ ਕਾਂਗਰਸ ਦੇ ਵਿੱਚ ਇੱਕ ਹਾਈਪ ਮਿਲਣ ਦੇ ਨਾਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਾ ਆਉਣ ਨਾਲ ਆਪ ਨੂੰ ਕਾਫੀ ਘਟਾ ਪਿਆ ਤਾਂ ਕੀ ਫਰਕ ਪੈਂਦਾ ਆ ਦੇਖੋ ਘਾਟੇ ਵਾਦੇ ਤਾਂ ਦੇਖੋ ਪੰਜਾਬ ਦੇ ਲੋਕਾਂ ਨੇ ਦੱਸਨੇ ਆ ਹਨਾ ਤੇ ਪਰ ਪੰਜਾਬ ਦੇ ਲੋਕ ਵੀ ਜਾਣਦੇ ਆ ਤੇ ਮੈਂ ਤਾਂ ਦਿੱਤ ਇੱਕ ਗੱਲ ਕਹੂੰਗੀ ਕਿ ਹੁਣ ਬੜੀਆਂ ਗੱਲਾਂ ਕਰਦੇ ਹੁੰਦੇ ਸੀ 25 75 ਦੀਆਂ ਸੋ ਹੁਣ 10 ਸਾਲ 25 75 ਬਾਰੇ ਨਵਜੋਸ਼ ਸਿੱਧੂ ਜੀ ਦਾ ਕੀ ਖਿਆਲ ਆ ਪੰਜਾਬ ਬੜੀ ਕਰ ਰਿਹਾ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਨੇ ਇੱਕ ਚੀਜ਼ ਕਹੀ ਸੀ ਕਿ ਕਿਸੇ ਦੂਸਰੀ ਪਾਰਟੀ ਦਾ ਬੰਦਾ ਸੀ ਆਪਣੀ ਪਾਰਟੀ ਦੇ ਵਿੱਚ ਨਹੀਂ ਲੈ ਕੇ ਆਵਾਂਗੇ ਪਰ ਹੁਣ ਪਾਰਟੀ ਦੇ ਵਿੱਚ ਤਰ੍ਹਾਂ ਤਰ੍ਹਾਂ ਅਕਾਲੀ ਦਲ ਦੇ ਵੀ ਬੰਦੇ ਸ਼ਾਮਿਲ ਹੋ ਰਹੇ ਨੇ ਕਾਂਗਰਸ ਦੇ ਵੀ ਸ਼ਾਮਿਲ ਹੋ ਰਹੇ ਨੇ ਜਗਜੀਵਨ ਸਿੰਘ ਕੀਰਦੀਆਂ ਦੀ ਗੱਲ ਕਰ ਲੋ ਅਕਾਲੀ ਦਲ ਛੱਡ ਕੇ ਆਏ ਬੀਤੇ ਦਿਨੀ ਪੋਲਾ ਕਰੇਵਾਲ ਪਹਿਲਾਂ ਕਾਂਗਰਸ ਆਪ ਕਾਂਗਰਸ ਆਪ ਵਿਚਾਲੇ ਖੇਡ ਰਹੀ ਨਹੀਂ ਮਤਲਬ ਪਾਰਟੀ ਦਾ ਕੋਈ ਇੱਕ ਸਟੈਂਡ ਨਹੀਂ ਇਸ ਚੀਜ਼ ਨੂੰ ਸੀ ਉਹਦੇ ਵਿੱਚ ਬਹੁਤ ਫਰਕ ਆ ਹਮੇਸ਼ਾ ਆਮ ਆਦਮੀ ਪਾਰਟੀ ਨੇ ਇੱਕ ਗੱਲ ਕਹੀ ਹੈ ਕਿ ਦੂਸਰੀਆਂ ਪਾਰਟੀਆਂ ਚ ਜਿਹੜੇ ਲੋਕ ਬੈਠੇ ਆ ਉਹ ਸਾਰੇ ਮਾੜੇ ਨਹੀਂ ਹੋਗੇ ਉਹਨਾਂ ਦੇ ਵਿੱਚ ਚੰਗੇ ਵੀ ਬਟ ਉਹ ਪਾਰਟੀਆਂ ਦੇ ਨਾਲ ਜੁੜਿਆ ਤਾਂ ਸਾਰੇ ਦਾ ਸਾਰਾ ਹਰਜਾਨਾ ਉਹਨਾਂ ਨੂੰ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ ਏ ਤੇ ਜਿਹੜੇ ਚੰਗੇ ਲੋਕ ਨੇ ਦੂਸਰੀਆਂ ਪਾਰਟੀਆਂ ਚ ਬੈਠੇ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਰਹੀ ਏ ਔਰ ਵੈਲਕਮ ਵੀ ਕਰਦੀ ਏ ਕਿਉਂਕਿ ਸਾਰੇ ਇਕੱਠੇ ਹੋ ਕੇ ਆਪਾਂ ਸਰਕਾਰ ਬਣਾਈਏ ਤੇ ਪੰਜਾਬ ਨੂੰ ਬੈਟਰ ਪੰਜਾਬ ਬਣਾਈਏ ਮਤਲਬ ਆਮ ਆਦਮੀ ਪਾਰਟੀ ਕਿਸੇ ਵੇਲੇ ਆਪਣਾ ਸਟੈਂਡ ਐ ਜਿਹੜਾ ਚੇਂਜ ਕਰ ਸਕਦੀ ਹੈ ਪਹਿਲਾਂ ਕਿਹਾ ਗਿਆ ਕਿ ਨਹੀਂ ਬਾਅਦ ਵਿੱਚ ਸਟੈਂਡ ਚੇਂਜ ਹੋ ਗਿਆ ਉਹਦੇ 'ਚ ਫਰਕ ਕੀ ਆ ਉਹ ਸਟੈਂਡ ਦੀ ਗੱਲ ਨਹੀਂ ਆ ਹਨਾ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਕਿ ਜਿਹੜੇ ਚੰਗੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਚ ਬੈਠੇ ਨੇ ਕਿਤੇ ਵੀ ਗਾ ਆਮ ਆਦਮੀ ਪਾਰਟੀ ਜਦੋਂ ਦੂਸਰੀਆਂ ਪਾਰਟੀਆਂ ਚ ਉਹ ਇਹ ਬੰਦੇ ਹੁੰਦੇ ਨੇ ਉਹ ਤੋਂ ਬੜਾ ਬੁਰਾ ਬੋਲਦੀ ਆ ਫਿਰ ਇਹ ਜਿਹਾ ਕੀ ਹੋ ਜਾਂਦਾ ਕਿ ਜਦੋਂ ਪਾਰਟੀ ਦੇ ਵਿੱਚ ਆ ਜਾਂਦੇ ਨੇ ਉਹ ਚੰਗੇ ਹੋ ਜਾਂਦੇ ਨੇ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਹੈਗੀ ਕਿ ਕਿ ਤੁਸੀਂ ਦੂਸਰੀ ਪਾਰਟੀ ਦੇ ਵਿੱਚ ਬੈਠੇ ਆ ਤੇ ਆਮ ਆਦਮੀ ਪਾਰਟੀ ਉਹਦੇ ਤੇ ਕਿੰਤੂ ਪਰੰਤੂ ਕਰ ਰਹੀ ਹੈ ਸੋ ਇਹ ਨਹੀਂ ਆਮ ਆਦਮੀ ਪਾਰਟੀ ਆਫ ਕੋਰਸ ਚੰਗੇ ਲੋਕਾਂ ਦਾ ਵੈਲਕਮ ਕਰਦੀ ਆ ਉਹਨਾਂ ਦਾ ਸਵਾਗਤ ਕਰਦੀ ਆ ਆ ਆਮ ਆਦਮੀ ਪਾਰਟੀ ਚ ਜਿਹੜੇ ਲੋਕ ਆਏ ਆ ਇਹ ਤਾਂ ਹੈ ਨਹੀਂ ਕਿ ਉਹਨਾਂ ਦਾ ਜਨਮ ਹੋਣ ਹੋ ਗਿਆ ਤਾਂ ਉਹ ਆ ਗਏ ਹਨ ਉਹ ਉਹੀ ਲੋਕ ਆ ਜਿਹੜੇ ਕਿਤੇ ਨਾ ਕਿਤੇ ਪਿਛਲੇ ਪੁਰਾਣੇ ਸਾਲਾਂ ਤੋਂ ਪੁਰਾਤਨ ਟਾਈਮ ਤੇ ਨਾ ਪਾਰਟੀਆਂ ਨੂੰ ਵੋਟ ਕਰਦੇ ਆ ਰਹੇ ਸੀ ਸਪੋਰਟ ਕਰਦੇ ਆ ਰਹੇ ਸੀ ਉਹਨਾਂ ਨੂੰ ਲੱਗਿਆ ਕਿ ਸਾਨੂੰ ਯੂਜ਼ ਕੀਤਾ ਜਾ ਰਿਹਾ ਸਾਨੂੰ ਇਸਤੇਮਾਲ ਕੀਤਾ ਜਾ ਰਿਹਾ ਉਹਨਾਂ ਨੇ ਉਹ ਪਾਰਟੀਆਂ ਨੂੰ ਅਲਵਿਦਾ ਕਿਹਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਨੂੰ ਬਣਾਇਆ ਪਾਰਟੀ ਨੂੰ ਆਪੋਜੀਸ਼ਨ ਦੇ ਵਿੱਚ ਭੇਜਿਆ ਸੋ ਚੰਗੇ ਲੋਕ ਵੀ ਬੈਠੇ ਆ ਦੂਜੀਆਂ ਪਾਰਟੀਆਂ ਚ ਇੱਕ ਲਾਸਟ ਸਵਾਲ ਮੈਡਮ ਆਮ ਆਦਮੀ ਪਾਰਟੀ ਕੀ ਮਹਿਲਾਵਾਂ ਨੂੰ ਜੋ ਪਾਰਟੀ ਦੇ ਵਿੱਚ ਨੇ ਉਹਨਾਂ ਦਾ ਬਣਦਾ ਰੁਤਬਾ ਦਿੰਦੀ ਮੈਨੂੰ ਤਾਂ ਇਹਦੇ 'ਚ ਕੋਈ ਸ਼ੱਕ ਲੱਗਦਾ ਹੀ ਨਹੀਂ ਹੈ ਠੀਕ ਹੈ ਆਮ ਆਦਮੀ ਹੀ ਇੱਕ ਪਾਰਟੀ ਆ ਜੀਨੇ ਮਹਿਲਾਵਾਂ ਨੂੰ ਸਤਕਾਰ ਦਿਤ ਰਿਸਪੈਕਟ ਦਿਤਤੀ ਆ ਮੋਰਓਵਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ 2017 ਵੇਲੇ ਵੀ ਕਿ ਆਮ ਆਦਮੀ ਪਾਰਟੀ ਕੋ ਪਾਰਟੀ ਆ ਜੀਦਾ ਮਹਿਲਾ ਵਿੰਗ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦਾ ਜਿੱਥੇ ਰੈਲੀਆਂ ਨੇ ਜਿੱਥੇ ਕੋਈ ਪ੍ਰੋਗਰਾਮ ਆ ਤਾਂ ਸਾਡੀਆਂ ਲੇਡੀਜ਼ ਬਕਾਇਦਾ ਬੈਠੀਆਂ ਹੁੰਦੀਆਂ ਨੇ ਤੇ ਫਿਰ ਅਜਿਹਾ ਹੋਰ ਪਾਰਟੀ ਚ ਦਿਖਾਓ ਕਿਤੇ ਮਤਲਬ ਹੀ ਨਹੀਂ ਕਿਤੇ ਕਿਤੇ ਲੇਡੀਜ਼ ਜਿਹੜੀਆਂ ਉਹਨਾਂ ਨੂੰ ਕੋਈ ਜਗ੍ਹਾ ਮਿਲਦੀ ਹੋਵੇ ਹਨ ਤੇ ਫਿਰ ਅਜਿਹਾ ਕੀ ਹੋਇਆ ਕਿ ਵਿਰੋਧੀ ਧਿਰ ਦੇ ਲੀਡਰ ਦੇ ਵਜੋਂ ਜਾਂ ਸੂਬਾ ਪ੍ਰਧਾਨ ਦੇ ਵਜੋਂ ਤੁਹਾਡਾ ਨਾਮ ਐਨ ਮੌਕੇ ਤੇ ਲਿਸਟ ਚ ਹੇਠਾਂ ਆ ਜਾਂਦਾ ਹੈ ਕਿਹੜੀ ਲਿਸਟ ਦੇ ਵਿੱਚ ਹਟਾ ਜਾ ਹਾਂ ਕਿ ਸੂਬਾ ਪ੍ਰਧਾਨ ਦੇ ਵਿੱਚ ਤੁਹਾਡਾ ਨਾਮ ਪਹਿਲਾਂ ਆਉਂਦਾ ਤੇ ਤਜਵੀਜ਼ ਕੀਤੀ ਜਾਂਦੀ ਤੁਹਾਡੇ ਨਾਮ ਦੀ ਜੋ ਸਾਡੇ ਤੱਕ ਗੱਲ ਪਹੁੰਚੀ ਐਲਓਪੀ ਲਈ ਹੁੰਦਾ ਕਿ ਇੱਕ ਸੀਨੀਅਰ ਲੀਡਰ ਨੇ ਮਹਿਲਾਨੀ ਇਹਨਾਂ ਨੂੰ ਅੱਗੇ ਰੱਖਿਆ ਚਾਹੀ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਹੋਰ ਬੰਦੇ ਬਦਲ ਦਿੱਤੇ ਜਾਂਦੇ ਨੇ ਨਹੀਂ ਐਸਾ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਵੈਸੇ ਮੇਰੇ ਐਸਾ ਕੋਈ ਧਿਆਨ 'ਚ ਨਹੀਂ ਹੈਗਾ ਤੇ ਪਰ ਜੇ ਕਿਤੇ ਕੋਈ ਤੁਹਾਨੂੰ ਲੱਗਦਾ ਵੀ ਕਿ ਇਹੋ ਜੀ ਚੀਜ਼ ਹੋਈ ਆ ਤਾਂ ਮੈਂ ਤਾਂ ਇੱਕ ਗੱਲ ਸਮਝਦੀ ਆ ਕਿ ਪਾਰਟੀ ਵੱਡੀ ਹੁੰਦੀ ਆ ਠੀਕ ਹੈ ਪਾਰਟੀ ਦੇ ਬਹੁਤ ਸਾਰੇ ਫੈਸਲੇ ਹੁੰਦੇ ਨੇ ਤੇ ਬੜਾ ਕੁਝ ਫੈਸਲੇ ਜਿਹੜੇ ਉਹ ਦੇਖ ਕੇ ਕਰਨੇ ਪੈਂਦੇ ਨੇ ਤੇ ਪਾਰਟੀ ਨੂੰ ਹੀ ਕੀਤਾ ਤੇ ਇਹ ਸੰ ਸਾਡੇ ਨਾਲ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਬਹੁਤ-ਬਹੁਤ ਧੰਨਵਾਦ ਮੈਮ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਆਪਣੀ ਗੱਲਬਾਤ ਸਾਂਝੀ ਕੀਤੀ ਅਗਲੇ ਮੁੱਦੇ ਨੇ ਜਿਹੜੇ ਇਲੈਕਸ਼ਨ ਦੇ ਵਿੱਚ ਲੈ ਕੇ ਜਾਣੇ ਨੇ ਉਹਨਾਂ ਦੇ ਬਾਰੇ ਦੱਸਿਆ ਪਾਰਟੀ ਦੀ ਰਣਨੀਤੀ ਕੀ ਹੋਏਗੀ ਉਸਤੇ ਬਾਰੇ ਦੱਸਿਆ ਖੈਰ ਇਲੈਕਸ਼ਨ 2022 ਦੇ ਲਈ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਪੂਰਾ ਤਾਨ ਹੈ ਜਿਹੜਾ ਸਾਰੀ ਸਾਰੀਆਂ ਪਾਰਟੀਆਂ ਦਾ ਲੱਗੇਗਾ ਹੁਣ ਵੇਖਣਾ ਇਹ ਹੋਏਗਾ ਕਿ ਲੋਕ ਫਤਵਾ ਕਿਸ ਨੂੰ ਦੇਣਗੇ ਮੁੱਦੇ ਕੀ ਕੀ ਰਹਿਣਗੇ ਜਾਂ ਫੈਸੇ ਕਿਹੜੇ ਕਿਹੜੇ ਹੋਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹ ਚਸਪ ਹੋਏਗਾ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਮੈਂ ਜਸਮੀਤ ਗੌਰ ਡੇਲੀ ਪੋਸਟ ਪੰਜਾਬੀ ਤਲਵੰਡੀ ਸਾਬੋ